ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਰਣਵੀਰ ਸਿੰਧੂ, ਅੱਜ ਦੇ ਦੇਸ਼ ਪ੍ਰਦੇਸ਼ ਲਾਈਵ ਦੇ ਵਿੱਚ ਅਸੀਂ ਗੱਲ ਕਰਾਂਗੇ ਸਿਰਫ ਕੈਨੇਡਾ ਦੀ। ਥੋੜ੍ਹੀ ਜਿਹੀਆਂ ਗੱਲਾਂ ਬਾਤਾਂ ਵੈਸੇ ਅਸੀਂ ਨਿਊਜ਼ੀਲੈਂਡ ਬਾਰੇ ਵੀ ਚਰਚਾ ਕਰਨੀ ਹੈ ਦੋ ਚਾਰ ਮਿੰਟ, ਪਰ ਅੱਜ ਕੈਨੇਡਾ ਨੂੰ ਲੈ ਕੇ ਵੀ ਪੰਜਾਬ ਦੇ ਵਿੱਚ ਬੱਚਾ ਬਹੁਤ ਗੁੰਮਰਾਹ ਹੋ ਰਿਹਾ। ਬੜਾ ਸਾਫ਼ ਸੁਥਰਾ ਜਿਹਾ ਸਿਸਟਮ ਸੀਗਾ ਅੱਜ ਤੱਕ, ਸਿਸਟਮ ਅੱਜ ਵੀ ਉਹਨਾਂ ਵੱਲੋਂ ਸਾਫ਼ ਸੁਥਰਾ, ਅਸੀਂ ਗੰਦਲਾ ਕਰਨਾ ਸ਼ੁਰੂ ਕਰਤਾ। ਹੁਣ ਕੈਨੇਡਾ ਨੂੰ ਵੀ ਨਵੀਂ ਤਰ੍ਹਾਂ ਦੀਆਂ ਐਡਵਰਟੀਜ਼ਮੈਂਟ ਪੰਜਾਬ ਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ, ਬੱਚਾ ਮੋਹਿਤ ਹੋ ਗਿਆ, ਬੱਚੇ ਨੂੰ ਸਮਝ ਨਹੀਂ ਆ ਰਹੀ। ਜਿਹੜੇ ਬੱਚੇ ਐਲੀਜੀਬਲ ਨਹੀਂ ਕੈਨੇਡਾ ਲਈ, ਉਹ ਵੀ ਆਪਣੀਆਂ ਫਾਈਲਸ ਲੈ ਕੇ ਏਜੰਟਸ ਕੋਲ ਜਾ ਰਹੇ ਨੇ। ਰਿਜੈਕਸ਼ਨਸ ਬਹੁਤ ਵੱਡੇ ਪੱਧਰ 'ਤੇ ਆ ਰਹੀ ਹੈ। ਜੈਨੂਨ ਬੱਚੇ ਨੂੰ ਅੱਜ ਵੀ ਕੋਈ ਪ੍ਰੋਬਲਮ ਨਹੀਂ, ਪਰ ਤੁਹਾਨੂੰ ਥੋੜ੍ਹਾ ਜਿਹਾ ਅਵੇਅਰ ਹੋਣ ਦੀ ਲੋੜ ਹੈ ਕਿ ਇਸ਼ਤਿਹਾਰਬਾਜ਼ੀ ਦੇ ਵਿੱਚ ਜੋ ਨਵੀਆਂ ਚੀਜ਼ਾਂ ਚੱਲੀਆਂ ਨੇ ਉਹਨਾਂ ਤੋਂ ਆਓ ਬਚੀਏ। ਆਪਾਂ ਸੈਮੀਨਾਰ ਕੀਤੇ ਸੀਗੇ ਰੈਫਲ ਐਜੂਸਿਟੀ ਨੇ, ਵੱਖ ਵੱਖ ਤਰ੍ਹਾਂ ਦੇ ਸਵਾਲ ਉਹਦੇ ਵਿੱਚੋਂ ਨਿਕਲੇ, ਰਿਸਪੋਂਸ ਬੱਚਿਆਂ ਦਾ ਅੱਛਾ ਆਇਆ ਹੈਗਾ, ਅਵੇਅਰਨੈਸ ਦੀ ਕਮੀ ਜ਼ਰੂਰ ਜਾਪੀ ਹੈ ਪੰਜਾਬ ਦੇ ਵਿੱਚ। ਸੋ ਸੈਪਟੈਂਬਰ ਇਨਟੇਕ ਨੂੰ ਲੈ ਕੇ ਤੁਹਾਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ, ਉਹਦੇ ਵਾਸਤੇ ਇੱਕ ਵਾਰ ਫਿਰ ਅਸੀਂ ਸੱਦਾ ਦਿੱਤਾ ਸਵਰਨ ਸੰਧੂ ਜੀ ਨੂੰ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ। ਸਵਰਨ ਜੀ, ਰਿਸਪੋਂਸ ਕਿਸ ਤਰ੍ਹਾਂ ਦਾ ਰਿਹਾ, ਸੁਜੈਸ਼ਨਸ ਕੀ ਦੇਣਾ ਚਾਹੋਗੇ, ਬੱਚਿਆਂ ਨੇ ਕੀ ਕੁਐਰੀਜ਼ ਕੀਤੀਆਂ ਸੈਮੀਨਾਰ ਦੇ ਵਿੱਚ? ਸਰ, ਸੁਜੈਸ਼ਨਸ ਮੇਰਾ ਇਹ ਹੀ ਹੈ ਜੀ ਕਿ ਮੈਂ ਮੈਕਸੀਮਮ ਸ਼ੋਅ ਕਰਨ ਤੋਂ ਪਹਿਲਾਂ ਵੀ ਮੈਂ ਸਾਰੇ ਲੋਕਾਂ ਨੂੰ ਰਿਕੁਐਸਟ ਕੀਤੀ ਸੀ, ਸਟੂਡੈਂਟਸ ਨੂੰ ਰਿਕੁਐਸਟ ਕੀਤੀ ਸੀ ਜੀ, ਬੇਨਤੀ ਕੀਤੀ ਸੀ ਕਿ ਆਪਣੀਆਂ ਆਈਲੈਟਸ ਦੀਆਂ ਤਾਂ ਡੇਟਸ ਲੈ ਹੀ ਲਿਓ, ਕਾਲਜ ਦੀ ਤਾਂ ਸੀਟ ਬੁੱਕ ਕਰਾ ਲਿਓ। ਫਿਰ ਉਹੀ ਗੱਲ ਹੈ ਜੀ, ਅਗਰ ਮੈਂ 300 ਬੱਚਿਆਂ ਨੂੰ ਮਿਲਿਆ ਤਾਂ ਮੰਨ ਕੇ ਚੱਲੋ ਕਿ 150 ਸਟੂਡੈਂਟ ਜਿਹੜਾ ਪਾਸ ਆਊਟ ਵਾਲਾ ਹੁੰਦਾ ਸੀਗਾ ਉਹ ਹੁੰਦਾ ਸੀਗਾ ਜੀ ਅੱਧਾ, ਹਾਫ 50%, ਔਰ ਉਹ 150 ਦੇ ਵਿੱਚੋਂ ਮੇਰੇ ਖਿਆਲ 15 ਜਾਂ 20 ਮੈਕਸੀਮਮ 30 ਸਟੂਡੈਂਟਸ ਨੇ ਮੈਨੂੰ ਇਹ ਕਿਹਾ ਹੋਊਗਾ ਕਿ ਸਰ ਤੁਸੀਂ ਕਿਹਾ ਸੀ ਅਸੀਂ ਤੁਹਾਡਾ ਸ਼ੋਅ ਸੁਣ ਕੇ ਨਾ ਆਈਲੈਟਸ ਦੀ ਡੇਟ ਲੈ ਲਈ ਸੀ, ਔਰ 100+ ਜਿਹੜੇ ਐਮ ਏ ਦੇ ਲੋਕ ਸੀ ਜੀ ਨਹੀਂ ਸਰ ਹਜੇ ਨਹੀਂ ਲਈ। ਇਹਦਾ ਨਾ ਇਹਦੀ ਅਗਰ ਆਪਾਂ ਥੋੜ੍ਹੀ ਜਿਹੀ ਇਹਦੇ ਵਿੱਚ ਜਾਈਏ, ਗਹਿਰਾਈ ਦੇ ਵਿੱਚ ਜਾਈਏ, ਬੈਕ ਤੋਂ ਜਾਈਏ, ਐਕਚੁਅਲ ਦੇ ਵਿੱਚ ਪ੍ਰੋਬਲਮ ਰਣਵੀਰ ਭਾਜੀ ਪਤਾ ਕੀ ਹੈ, ਆਪਾਂ ਐਵੇਂ ਲੋਕਾਂ ਨੂੰ ਕਹੀ ਜਾਂਦੇ ਆਹ ਨਹੀਂ ਕਰਦੇ, ਐਵੇਂ ਨਹੀਂ ਹੋ ਰਿਹਾ, ਆਹ ਨਹੀਂ ਹੋ ਰਿਹਾ, ਐਕਚੁਅਲ ਜੇ ਅਗਰ ਮੈਂ ਸੋਚਾਂ ਨਾ ਗਾਈਡਲਾਈਨਸ ਨਹੀਂ ਮਿਲ ਰਹੀਆਂ ਜੀ, ਸਹੀ ਗਾਈਡਲਾਈਨਸ ਨਾ ਲੋਕਾਂ ਨੂੰ ਕੋਈ ਦੇ ਨਹੀਂ। ਪ੍ਰੀ ਕਾਉਂਸਲਿੰਗ ਤੁਸੀਂ ਕਹਿ ਰਹੇ ਹੋ ਕਿਸਮ ਦੀ? ਪ੍ਰੀ ਕਾਉਂਸਲਿੰਗ ਕਹਿ ਲਓ ਜੀ, ਕਰੀਅਰ ਕਾਉਂਸਲਿੰਗ ਜਿਹਨੂੰ ਆਪਾਂ ਅਸਲੀ ਸਹੀ ਵਰਡ ਮੇਰੇ ਵੱਲੋਂ। ਅਸਲ 'ਚ ਤਾਂ ਮੇਰਾ ਖਿਆਲ ਤੁਹਾਨੂੰ ਵਿੱਚ ਟੋਕ ਰਿਹਾ, ਮਾਫੀ ਚਾਹੂੰਗਾ, ਕਿ ਬੱਚਾ ਜੇ ਮਨ ਬਣਾਉਂਦਾ ਕਿ ਮੈਂ ਵਿਦੇਸ਼ ਜਾਣਾ ਹੈ, ਜਾਂ ਮਾਂ ਪਿਓ ਵੀ ਮਨ ਬਣਾ ਲੈਂਦੇ ਆ, ਬੱਚਾ ਜਦੋਂ 10ਵੀਂ 'ਚ ਹੈ ਨਾ ਉਦੋਂ ਤੋਂ ਜ਼ਰੂਰਤ ਹੈ ਸਾਨੂੰ +1 'ਚ ਕਿਹੜੇ ਸਬਜੈਕਟ ਰੱਖੇ ਜਾਣ, ਕੀ ਟਾਰਗੇਟ ਸਾਡਾ ਪਰਸੈਂਟੇਜ ਦਾ ਹੋਵੇ, ਆਇਲਸ ਦੇ ਵਿੱਚ ਕਿੰਨੇ ਬੈਂਡ ਚਾਹੀਦੇ ਆ, ਆਉਣ ਵਾਲੇ ਸਮੇਂ ਦੇ ਵਿੱਚ ਫੰਡ ਸਾਨੂੰ ਕਿੰਨੇ ਪੁਰਾਣੇ ਆ ਉਹ ਮੇਨਟੇਨ ਕਰੋ, ਅਸੀਂ ਭੱਜਦੇ ਹਾਂ ਮੌਕੇ ਦੇ ਉੱਪਰ। ਐਗਜੈਕਟਲੀ। ਮੈਂ ਹੁਣ ਮੈਂ ਨਾ ਜੀ ਇਸ ਤੋਂ ਇਲਾਵਾ ਪੰਜਾਬ ਤੋਂ ਇਲਾਵਾ ਮੇਰੀ ਕੇਰਲਾ ਅਤੇ ਗੁਜਰਾਤ ਅਤੇ ਦਿੱਲੀ ਵੀ ਕਾਫੀ ਮਾਰਕੀਟ ਆ ਜੀ, ਮੈਂ ਕਾਫੀ ਸੈਮੀਨਾਰਸ ਲਾਉਣ ਜਾਂਦਾ, ਮੈਨੂੰ ਕਾਫੀ ਲੋਕ ਉੱਧਰ ਬੁਲਾਉਂਦੇ ਨੇ। ਤੁਸੀਂ ਯਕੀਨ ਕਰਿਓ ਭਾਜੀ, ਜੇ ਮੈਂ ਇੱਧਰ 300 ਬੰਦੇ ਨੂੰ ਮਿਲਣ ਲਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵੱਜ ਜਾਂਦੇ ਨੇ, ਅਗਰ ਮੈਨੂੰ ਮਤਲਬ ਮੈਨੂੰ ਇੰਨਾ ਟਾਈਮ ਲੱਗਦਾ, 9 ਘੰਟੇ ਲੱਗਦੇ ਆ 150 ਬੰਦਾ ਨੂੰ ਜਾਂ 300 2-250 ਬੰਦੇ ਨੂੰ ਮਿਲਣ ਲਈ, ਉੱਥੇ ਅਗਰ ਮੈਂ 150 ਬੰਦੇ ਨੂੰ ਵੀ ਮਿਲਣਾ ਹੋਵੇ ਮੈਕਸੀਮਮ 2-2.5 ਘੰਟੇ ਦੇ ਵਿੱਚ ਸਾਰਾ ਫਿਨਿਸ਼ ਹੋ ਜਾਂਦਾ ਹੈ। ਰੀਜ਼ਨ ਇਜ਼ ਸਰ ਆਹ ਕਾਲਜ ਆ, ਆਹ ਕੋਰਸ ਆ, ਆਹ ਕੋਰਸ ਅੱਗੇ ਕਰੀਅਰ ਓਪਰਚੁਨਿਟੀ ਸਾਨੂੰ ਕੀ ਮਿਲਣਗੀਆਂ, ਏਰੀਆ ਸੀ ਇਹਦੇ ਵਿੱਚ ਜਾਣਾ ਕਿਉਂਕਿ ਆਹ ਏਰੀਆ ਦੇ ਵਿੱਚ ਆਹ ਪ੍ਰੋਬਲਮਸ ਨੇ, ਆਹ ਏਰੀਆ ਦੇ ਵਿੱਚ ਆ, ਇੰਨੀ ਜ਼ਿਆਦਾ ਅਵੇਅਰਨੈਸ ਆ ਜਿਹੜੀ ਪੰਜਾਬ 'ਚ, ਨਹੀਂ ਸਾਰੇ ਸੈਮੀਨਾਰਸ ਸਾਰੇ ਲਗਾਈ ਜਾਂਦੇ ਆ ਜੀ। ਮਤਲਬ ਹੋਰ ਇਸ ਤੋਂ ਇਲਾਵਾ ਰਣਵੀਰ ਭਾਜੀ ਜਿਹੜੀਆਂ ਮੈਨੂੰ ਦੇਖਣ ਨੂੰ ਮਿਲੀਆਂ ਪ੍ਰੋਬਲਮ ਉਹ ਇਹ ਨੇ ਕਿ ਮੈਂ ਸੈਮੀਨਾਰ ਦੇ ਵਿੱਚ ਵੀ ਇਹੀ ਡਿਸਕਸ ਕੀਤਾ ਸੀਗਾ ਜੀ, ਹੁਣ ਵੀ ਜਿਹੜੇ ਲੋਕ ਨਹੀਂ ਮੇਰਾ ਅਟੈਂਡ ਕਰ ਪਾਏ ਸੈਮੀਨਾਰ, ਉਹ ਵੀ ਬਹੁਤ ਸਾਰੀਆਂ ਸਾਡੀਆਂ ਕਮਿਊਨਿਟੀ ਸਾਨੂੰ ਬਹੁਤ ਸਾਰੀ ਅਵੇਅਰਨੈਸ ਦੀ ਜਾਣਕਾਰੀ ਦੀ ਬਹੁਤ ਕਮੀ ਹੈਗੀ ਆ, ਵੀਜ਼ੇ ਤੋਂ ਪਹਿਲਾਂ ਅਸੀਂ ਕੀ ਕਰਨਾ, ਜਦੋਂ ਜਿਵੇਂ ਭਾਜੀ ਨੇ ਕਿਹਾ 10th ਦੇ ਵਿੱਚ, ਹੁਣ ਮੇਰੇ ਕੋਲ ਕਿੰਨੇ ਸਟੂਡੈਂਟਸ ਇਹੋ ਜਿਹੇ ਆਏ ਜਿਹੜੇ ਕਹਿੰਦੇ ਕਿ ਜੀ ਸਨ ਮਾਂ ਪਿਓ ਕਹਿੰਦੇ ਮੈਨੂੰ ਅੱਛੇ ਸਕੂਲਾਂ ਦੇ ਨਾਮ ਉਹਨਾਂ ਨੇ ਲਏ ਕਿ ਉਹ ਸਕੂਲ ਵਾਲਿਆਂ ਨੇ ਵੀ ਨਹੀਂ ਦੱਸਿਆ ਕਿ ਜਦੋਂ ਬੱਚਾ 10th ਤੋਂ ਬਾਅਦ ਆਰਟਸ ਦੇ ਵਿੱਚ ਜਾ ਰਿਹਾ ਤਾਂ ਕਿਹੜੇ ਸਬਜੈਕਟ ਲਏ ਜਾਣ।
ਸਕੂਲ ਵਾਲੇ ਵੀ ਗਾਈਡ ਨਹੀਂ ਕਰਦੇ। ਹੁਣ ਸਕੂਲ ਵਾਲੇ ਕਿਉਂ ਗਾਈਡ ਕਰਨ? ਉਹ ਕਿਹੜਾ ਉਹਨਾਂ ਦਾ ਨਾ ਕੋਈ ਕੈਨੇਡਾ ਨਾ ਲੈਣਾ, ਨਾ ਨਿਊਜ਼ੀਲੈਂਡ ਆਸਟ੍ਰੇਲੀਆ ਨਾ ਲੈਣਾ ਦੇਣਾ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ। ਲੈ ਲਿਆ ਪੇਂਟਿੰਗ, ਲੈ ਲਿਆ ਕੰਪਿਊਟਰ, ਲੈ ਲਿਆ ਫਿਜ਼ੀਕਲ ਐਜੂਕੇਸ਼ਨ, ਲੈ ਲਿਆ, ਉਹਨਾਂ ਕੋਲ ਤਾਂ ਜੋ ਆ ਵੇਚਤਾ ਹੈ ਨਾ ਜੀ। ਸੋ ਉਹ ਬਹੁਤ ਜ਼ਿਆਦਾ ਮੈਨੂੰ ਜਿਹੜੀ ਜੋ ਮੈਨੂੰ ਲੱਗ ਰਿਹਾ ਜੀ, ਪਤਾ ਨਹੀਂ ਸਾਰੇ ਲੋਕ ਜਾਈ ਜਾਂਦੇ ਆ ਸੈਮੀਨਾਰ ਲਾਉਣ ਲਈ, ਇਹ ਇੱਕ ਬਹੁਤ ਵੱਡੀ ਕਮੀ ਦਿਖੀ ਹੈ ਜੀ ਕਿ ਬੱਚੇ ਹਜੇ ਵੀ ਅਵੇਅਰ ਨਹੀਂ, ਉਹਨਾਂ ਨੂੰ ਕੁਛ ਵੀ ਨਹੀਂ ਪਤਾ ਲੱਗ ਰਿਹਾ ਕੀ ਕਰੀਏ ਕਿੱਧਰ ਜਾਈਏ। ਕੁਛ ਤਾਂ ਮੈਕਸੀਮਮ ਇਹੋ ਜਿਹੇ ਨੇ ਲੋਕ ਜਿਹੜੇ ਕਹਿੰਦੇ ਆ ਪਹਿਲਾਂ ਇਹ ਬੱਚੇ ਆਈਲੈਟਸ ਕਰਨਗੇ, ਮਤਲਬ ਉਹਨਾਂ ਨੂੰ ਇਹੀ ਨਹੀਂ ਪਤਾ, ਨਾ ਤਾਂ ਆਈਲੈਟਸ ਸੈਂਟਰ ਦੱਸ ਰਹੇ ਨੇ ਜੀ। ਦੇਖੋ ਹੁਣ ਅਸੀਂ ਵੀ ਆਈਲੈਟਸ ਕਰਵਾਉਂਦੇ ਹਾਂ, ਸਾਡੇ ਕੋਲ ਵੀ ਇੰਸਟੀਚਿਊਟ ਨੇ, ਬੱਚੇ ਨੂੰ ਆਉਂਦੇ ਸਾਰ ਪਹਿਲਾਂ ਦੇਖ ਕੇ ਦੱਸ ਦੇਈਦਾ ਕਿ ਆਹ 2 ਮਹੀਨੇ ਦੇ ਵਿੱਚ ਆਈਲੈਟਸ ਕਰ ਲਏਗਾ ਜਾਂ ਨਹੀਂ ਕਰੇਗਾ। ਅਗਰ ਹਾਂਜੀ ਪਤਾ ਲੱਗ ਜਾਂਦਾ ਜੀ ਫਸਟ ਡੇ ਹੀ ਤੁਹਾਨੂੰ ਸਟੂਡੈਂਟ ਦਾ, ਮਤਲਬ ਐਗਜੈਕਟਲੀ ਨਹੀਂ ਪਤਾ ਲੱਗ ਜਾਂਦਾ, ਓਵਰਆਲ ਪਤਾ ਲੱਗ ਜਾਂਦਾ ਉਹਦੇ 10th ਦੇ ਮਾਰਕਸ ਦੇਖ ਕੇ, ਉਹਦੇ ਪਲੱਸ 2 ਦੇ ਮਾਰਕਸ ਦੇਖ ਕੇ, ਉਹਦੇ ਤੋਂ 4-5 ਟੈਸਟ ਲੈ ਕੇ ਉਹਦੇ ਨਾਲ ਕਮਿਊਨੀਕੇਟ ਕਰਕੇ ਪਤਾ ਲੱਗ ਜਾਂਦਾ। ਬੱਚੇ ਨੂੰ ਦੱਸ ਦੇਈਦਾ ਕਿ ਤੁਸੀਂ ਨਾ ਐਵੇਂ ਫਾਲਤੂ ਦਾ ਸੈਪਟੈਂਬਰ ਦੇ ਝਮੇਲਿਆਂ 'ਚ ਪਏ ਹੋ ਨਾ, ਇਹਦਾ ਅਪਲਾਈ ਹੀ ਜਨਵਰੀ ਕਰਿਓ, ਕਿਉਂਕਿ ਸੈਪਟੈਂਬਰ ਹੋ ਹੀ ਨਹੀਂ ਸਕਦਾ। ਰੀਜ਼ਨ ਬਿਹਾਈਂਡ ਕਿ ਇਹਦੇ ਤੋਂ 2 ਮਹੀਨੇ ਦੇ ਵਿੱਚ ਆਈਲੈਟਸ ਹੋਣੀ ਨਹੀਂ। ਹੁਣ ਬੱਚਿਆਂ ਨੂੰ ਪਤਾ ਹੀ ਨਹੀਂ, ਮਾਂ ਪਿਓ ਕਹਿੰਦੇ ਜੀ ਦੇਖ ਰਿਹਾ ਹਜੇ ਪਤਾ ਨਹੀਂ ਆਈਲੈਟਸ ਕਰਨਗੇ ਨਹੀਂ ਕਰਨਗੇ, ਇੰਨੀ ਕੁ ਜ਼ਿਆਦਾ ਕਨਫਿਊਜ਼ਨ ਸਾਰੀ ਹੈ, ਕੋਈ ਪ੍ਰੋਪਰ ਤੋਂ ਗਾਈਡ ਨਹੀਂ ਕਰ ਪਾ ਰਿਹਾ। ਮੇਰਾ ਇਹੀ ਸੀਗੀ ਜੀ, ਮੇਰੀ ਬਹੁਤ ਇੱਛਾ ਸੀਗੀ ਔਰ ਮੈਂ ਸਫਲ ਵੀ ਹੋਇਆ ਇਹਦੇ ਕੰਮ ਦੇ ਵਿੱਚ। ਮੈਂ ਬਹੁਤ ਲੋਕਾਂ ਨੂੰ ਗਾਈਡ ਕੀਤਾ ਸੈਮੀਨਾਰਸ 'ਤੇ, ਜਿੰਨੇ ਵੀ ਆਏ ਸਾਰਿਆਂ ਨੂੰ ਡਿਟੇਲ ਦੇ ਵਿੱਚ ਦੱਸੀ ਕਿ ਆਹ ਤੁਸੀਂ ਐਵੇਂ ਕਰੋ, ਐਵੇਂ ਨਾ ਕਰੋ। ਦੂਸਰਾ ਰਣਵੀਰ ਭਾਅ ਜੀ, ਜਿਹੜਾ ਦੂਸਰਾ ਪ੍ਰੋਬਲਮ ਜਿਹੜੀ ਸਭ ਤੋਂ ਵੱਡੀ ਆ ਰਹੀ ਆ, ਜਿੰਨੇ ਪੰਜਾਬ ਦੇ ਵਿੱਚ ਤੁਸੀਂ ਲਗਾਓ ਕਿ ਹਰ ਦੂਜੇ ਦਿਨ ਇੱਕ ਸੈਮੀਨਾਰ ਹੋ ਰਿਹਾ ਹੋਊਗਾ। ਮੈਂ ਜਲੰਧਰ ਸੀਗਾ ਜੀ, ਮੈਂ ਪਹਿਲਾਂ ਵੀ ਦੱਸਿਆ ਸੀ ਮੈਂ ਜਲੰਧਰ ਸੀਗਾ, ਸੈਮੀਨਾਰ ਲਗਾ ਕੇ ਆਇਆ। ਅਸੀਂ ਜਨਰਲੀ ਪੁੱਛਦੇ ਹਾਂ ਵੀ ਤੁਸੀਂ ਕਿਵੇਂ ਆਏ ਸਾਡੇ ਕੋਲ, ਬਹੁਤ ਸਾਰੇ ਬੱਚੇ ਆਏ ਸੀਗੇ ਘੁੰਮਣ ਆਏ ਸੀ, ਅਸੀਂ ਸੋਚਿਆ ਵੀ ਦੇ ਪੁੱਛ ਲਈਏ ਹੋਟਲ ਵਾਲਿਆਂ ਨੂੰ, ਇੱਥੇ ਕੋਈ ਸੈਮੀਨਾਰ ਤਾਂ ਨਹੀਂ ਹੋ ਰਿਹਾ ਵੀ ਰੋਜ਼ ਹੁੰਦਾ ਵੀ ਅਸੀਂ ਇਸੇ ਹੀ ਆਏ ਸੀਗੇ ਵੀ ਦੇਖਣ ਆਏ ਸੀਗੇ ਵੀ ਕਿਸੇ ਕੰਪਨੀ ਦਾ ਸੈਮੀਨਾਰ ਹੁੰਦਾ ਹੋਊਗਾ, ਸੈਮੀਨਾਰ ਕਿਸੇ ਦਾ ਤਾਂ ਹੋਊਗਾ ਹੀ। ਪੰਜਾਬ ਭਰ ਦੇ ਵਿੱਚ ਹਰ ਦੂਜੇ ਦਿਨ ਕੋਈ ਨਾ ਕੋਈ ਏਜੰਟ, ਕੋਈ ਨਾ ਕੋਈ ਇਮੀਗ੍ਰੇਸ਼ਨ ਕੰਪਨੀ ਸੈਮੀਨਾਰ ਕਰ ਰਹੀ ਹੈ। ਮੈਂ ਨਾ ਜੀ ਸਾਰੇ ਦਰਸ਼ਕਾਂ ਨੂੰ ਇੱਕ ਕੁਐਸਚਨ ਪੁੱਛਣਾ ਚਾਹੁੰਦਾ, ਸਾਰੇ ਇਮੀਗ੍ਰੇਸ਼ਨ ਕੰਪਨੀਆਂ ਵਾਲੇ ਭੱਜੇ ਹੋਏ ਨੇ ਸੈਮੀਨਾਰਸ ਲਗਾਉਣ ਲਈ, ਸਾਰੇ ਲੋਕ ਭੱਜੇ ਹੋਏ ਨੇ ਹੋਟਲਾਂ ਦੇ ਵਿੱਚ ਜਾ ਜਾ ਕੇ ਸੈਮੀਨਾਰ ਅਟੈਂਡ ਕਰਨ ਲਈ, ਬਸ ਮੈਨੂੰ ਇੱਕ ਗੱਲ ਦਾ ਜਵਾਬ ਚਾਹੀਦਾ ਜੀ, ਮਤਲਬ ਸਾਡਾ ਜਿਹੜਾ ਏਮ ਆ, ਸਾਡਾ ਜਿਹੜਾ ਮਿਸ਼ਨ ਆ, ਵਿਜ਼ਨ ਆ ਜਿਹੜਾ ਸਾਡਾ ਬੱਚਿਆਂ ਦਾ ਨਾ ਅਮਨ ਆਪਣੇ ਸੰਧੂ ਭਾਅ ਜੀ, ਮੈਕਸੀਮਮ ਟੂ ਮੈਕਸੀਮਮ ਜਿਹੜੀ ਅਪਰੋਚ ਆ, ਜਿਹੜੀ ਗੱਲ ਦਾ ਮੈਨੂੰ ਦੁੱਖ ਹੋਇਆ ਉਹ ਇਹ ਹੈ ਜੀ ਕਿ ਤੁਹਾਡਾ ਇੱਛਾ ਕੀ ਹੈ, ਤੁਹਾਡੀ ਤੁਹਾਡਾ ਡ੍ਰੀਮ ਕੀ ਹੈ? ਡ੍ਰੀਮ ਹੈਗਾ ਜੀ ਕੈਨੇਡਾ ਦਾ ਵੀਜ਼ਾ ਲੈਣਾ, ਬਸ ਬਸ। ਇਹ ਸਾਡਾ ਸਬਜੈਕਟ ਕੋਰਸ ਕਿੱਥੇ ਗਏ, ਕੁਛ ਨਹੀਂ ਜੀ ਪਤਾ, ਪੀਐਨ ਕਿੱਥੇ ਗਿਆ, ਕੋਪ ਪ੍ਰੋਗਰਾਮ ਕਿੱਥੇ ਗਿਆ, ਮਤਲਬ ਨਹੀਂ ਜੀ ਕੈਨੇਡਾ ਦੇ ਕਿਹੜੇ ਏਰੀਏ 'ਚ ਜਾਣਾ, ਕਿਹੜੇ ਕਾਲਜ ਦੇ ਵਿੱਚ ਜਾਣਾ, ਕਿਹੜੇ ਕੋਰਸ ਦੇ ਵਿੱਚ ਜਾਣਾ, ਕੈਨੇਡਾ ਪਹੁੰਚ ਕੇ ਕਰਨਾ ਕੀ ਆ, ਉੱਥੇ ਪਹੁੰਚ ਕੇ ਕਿਹੜੇ ਕਿਹੜੇ ਕੋਰਸਿਸ ਦੀਆਂ ਆਪਸ਼ਨ ਜ਼ਿਆਦਾ ਨੇ, ਕਿਹਦੀਆਂ ਹੈ ਨਹੀਂ ਗੀਆਂ, ਕੁਛ ਨਹੀਂ ਜੀ, ਮਤਲਬ ਬਸ ਇੱਕ ਵਾਰ ਕੈਨੇਡਾ ਦਾ ਵੀਜ਼ਾ ਲਓ। ਸਾਰੀਆਂ ਇਮੀਗ੍ਰੇਸ਼ਨ ਕੰਪਨੀਆਂ ਇਸੇ ਚੱਕਰ 'ਚ ਭੱਜੀਆਂ ਫਿਰਦੀਆਂ, ਤੁਹਾਨੂੰ ਅਸੀਂ ਬਾਹਰ ਭੇਜਾਂਗੇ, ਸਾਰੇ ਲੋਕ ਇਸੇ ਚੱਕਰ 'ਚ ਭੱਜੀ ਫਿਰਦੇ, ਅਸੀਂ ਬਾਹਰ ਜਾਵਾਂਗੇ, ਬਾਹਰ ਭੇਜਣ ਵਾਲੇ ਹੀ ਸਾਰੇ ਬੈਠੇ ਨੇ, ਬਾਹਰ ਜਾਣ ਵਾਲੇ ਨੇ, ਤੁਹਾਨੂੰ ਇਹ ਕੋਈ ਗਾਈਡ ਕਰਨ ਵਾਲਾ ਨਹੀਂ ਮਿਲ ਰਿਹਾ। ਮੈਂ ਆਪਣੇ ਇਹੀ ਮੇਰੀ ਕੰਪਨੀ ਦਾ ਜੀ ਰੈਫਰਲਸ ਐਡੂਸਿਟੀ ਦਾ ਇੱਕ ਮੇਨ ਏਮ ਇਹ ਆ, ਸਾਡੀ ਅਵੇਅਰਨੈਸ ਜਿਹੜੀ ਅਸੀਂ ਜਗ੍ਹਾ ਜਗ੍ਹਾ ਚਲਾ ਰਹੇ ਹਾਂ ਕਿ ਕੈਨੇਡਾ ਦਾ ਵੀਜ਼ਾ ਲੈ ਲੈਣਾ ਬਹੁਤ ਵੱਡੀ ਕੋਈ ਤੋਪ ਚਲਾਉਣਾ ਨਹੀਂ ਹੁੰਦਾ, ਕੈਨੇਡਾ ਦਾ ਵੀਜ਼ਾ ਲੈ ਕੇ ਉੱਥੇ ਪਹੁੰਚਣ ਤੋਂ ਬਾਅਦ ਕਿਹੜੀਆਂ ਪ੍ਰੋਬਲਮਾਂ ਸ਼ੁਰੂ ਹੁੰਦੀਆਂ ਅਸਲ 'ਚ, ਐਗਜੈਕਟਲੀ ਉੱਥੋਂ ਸ਼ੁਰੂ ਹੁੰਦੀਆਂ। ਕੱਲ ਇੱਕ ਬੱਚੇ ਦਾ ਫੋਨ, ਤੁਹਾਨੂੰ ਤੁਹਾਡੀ ਗੱਲ ਨਾਲ ਮੈਂ ਐਡ ਆਨ ਕਰਨੀ ਚਾਹੂੰਗਾ ਇਸ ਚੀਜ਼ ਨੂੰ ਕਿ ਜੀ ਮੈਨੂੰ ਵਧੀਆ ਕਾਲਜ ਦਿੱਤਾ ਹੈ, ਏਜੰਟਸ ਨੇ ਕੋਰਸ ਬਹੁਤ ਵਧੀਆ ਦਿੱਤਾ ਜੀ, ਕਹਿੰਦਾ ਜੀ ਮੈਨੂੰ ਇਹ ਨਹੀਂ ਸੀ ਦੱਸਿਆ ਕਿ ਇਸ ਸ਼ਹਿਰ ਦੇ ਵਿੱਚ ਆਬਾਦੀ ਸੈਂਕੜਿਆਂ 'ਚ ਹੈ ਔਰ ਉੱਥੇ ਕਹਿੰਦਾ ਮੈਨੂੰ ਜੋਬ ਨਹੀਂ ਮਿਲ ਰਹੀ ਹੁਣ।
ਹਾਂਜੀ ਦੇਖੋ ਹੁਣ ਕੁਛ ਚੀਜ਼ਾਂ ਜਿਹੜੀਆਂ ਨੇ ਪੁੱਛੀਆਂ ਉਹ ਸਹੀ ਵੀ ਦੱਸਤੀਆਂ ਹੋਣੀਆਂ ਏਜੰਟਸ ਨੇ, ਇਹ ਤਾਂ ਬੱਚੇ ਦਾ ਹੀ ਫਰਜ਼ ਬਣਦਾ ਨਾ ਕਿ ਆਊਟਕਮਸ ਪੁੱਛੇ, ਕਾਲਜ ਦਾ ਜਿਹੜਾ ਗ੍ਰੈਜੂਏਟ ਇੰਪਲਾਇਮੈਂਟ ਰੇਸ਼ੋ ਹੈਗੀ ਉਹ ਕੀ ਹੈ, ਹੁਣ ਬੱਚਾ ਛੁੱਟੀਆਂ ਹੋਈਆਂ ਉੱਥੇ ਛੁੱਟੀਆਂ 'ਚ ਕਿਤੇ ਹੋਰ ਜੋਬ ਕਰਨ ਗਿਆ ਹੈਗਾ, ਇਹ ਵੀ ਸਮੱਸਿਆਵਾਂ ਨੇ, ਇਹ ਵੀ ਆ ਰਹੀਆਂ ਨੇ ਜੀ। ਇਹ ਬਹੁਤ ਸਾਰੀਆਂ ਪ੍ਰੋਬਲਮ ਸੀ, ਸੋ ਸਾਡੀ ਇੱਕ ਸਾਡੀ ਪੂਰੀ ਮਤਲਬ ਸਾਡੀ ਕੰਪਨੀ ਦਾ ਏਮ ਹੈ ਜੀ ਕਿ ਅਸੀਂ ਸਿਰਫ ਵੀਜ਼ਾ ਨਹੀਂ ਲਗਵਾ ਕੇ ਦਿੰਦੇ, ਜਿਵੇਂ ਅਸੀਂ ਹਰ ਵਾਰ ਕਹਿੰਦੇ ਹਾਂ ਸਿਰਫ ਵੀਜ਼ਾ ਨਹੀਂ ਲਗਵਾ ਕੇ ਦੇਣਾ, ਤੁਹਾਡੇ ਬੱਚਿਆਂ ਨੂੰ ਕਾਮਯਾਬ ਕਰਨਾ, ਉੱਥੇ ਪਹੁੰਚਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਐਪਰੋਪ੍ਰੀਏਟ ਕੋਰਸ ਲੈ ਕੇ ਦੇਣਾ, ਸੋ ਦੈਟ ਉਹ ਕੋਰਸ ਸਿਲੈਕਟ ਕਰਕੇ ਦੇਣਾ ਜਿਹਦੇ ਨਾਲ ਉਹ ਆਪਣੇ ਅੱਗੇ ਵਧਣ ਔਰ ਆਪਣੀ ਜਿਹੜੇ ਸੁਪਨੇ ਲੈ ਕੇ ਗਏ ਨੇ ਉਹ ਪੂਰੇ ਕਰਨ। ਇਹੀ ਮੈਂ ਸੈਮੀਨਾਰ 'ਤੇ ਸਾਰਿਆਂ ਨੂੰ ਦੱਸਿਆ ਜੀ, ਇਹੀ ਮੈਂ ਹੁਣ ਤੁਹਾਨੂੰ ਸਾਰਿਆਂ ਨੂੰ ਦੱਸਣਾ ਜਾ ਰਿਹਾ ਕਿ ਅਸੀਂ ਸਾਡਾ ਜਿਹੜਾ ਏਮ ਆ ਤੁਹਾਨੂੰ ਮਿਲਣ ਦਾ, ਸਾਡੀ ਕੰਪਨੀ ਦਾ ਜਿਹੜਾ ਏਮ ਹੈਗਾ ਉਹ ਇਹ ਹੈ ਜੀ। ਇਸ ਤੋਂ ਇਲਾਵਾ ਬਹੁਤ ਸਾਰੇ ਬੱਚੇ ਆਉਣੇ ਸ਼ੁਰੂ ਹੋਏ ਨੇ ਜੀ, ਆਪਣਾ ਮਹੀਨਾ ਕੁ ਪਹਿਲਾਂ ਸ਼ੋਅ ਹੋਇਆ ਹੋਣਾ ਜੀ, ਜਿਹਦੇ ਵਿੱਚ ਆਪਾਂ ਡਿਸਕਸ ਕੀਤਾ ਸੀਗਾ ਕਿ ਹੁਣ ਪ੍ਰੋਬਲਮਸ ਆਉਣੀਆਂ ਸ਼ੁਰੂ ਹੋਣਗੀਆਂ ਕੈਨੇਡਾ ਦੀਆਂ, ਜਿਵੇਂ ਤੁਸੀਂ ਸ਼ੋਅ ਸਟਾਰਟ ਤੋਂ ਪਹਿਲਾਂ ਦੱਸਿਆ ਸੀਗਾ ਪੋਜੀਸ਼ਨ ਟਾਈਟ ਸੀਗੀ ਆਸਟ੍ਰੇਲੀਆ ਦੀ ਔਰ ਨਿਊਜ਼ੀਲੈਂਡ ਦੀ। ਹਾਂਜੀ, ਉਹ ਕਹਿੰਦੇ ਨੇ ਉਹਨਾਂ ਨੇ ਕਿ ਜਦੋਂ ਸਾਰੇ ਸੁਰਾਖ ਬੰਦ ਹੁੰਦੇ ਤਾਂ ਕਿਤੋਂ ਨਾ ਕਿਤੋਂ ਹਵਾ ਨੇ ਤਾਂ ਫਿਰ ਨਿਕਲਣਾ ਹੀ ਹੈਗਾ, ਹੈ ਨਾ ਜੀ। ਸੋ ਹੋ ਗਿਆ ਜੀ, ਅਸੀਂ ਤੁਸੀਂ ਸਾਰਿਆਂ ਨੇ ਅਗਰ ਸਾਡਾ ਦੋਨਾਂ ਦਾ ਜੀ ਮਹੀਨੇ ਕੁ ਪਹਿਲਾਂ ਦਾ ਸ਼ੋਅ ਦੇਖ ਲਓ, ਜਿਹਦੇ ਵਿੱਚ ਅਸੀਂ ਇਹੀ ਡਿਸਕਸ ਕੀਤਾ ਸੀਗਾ ਜੀ ਕਿ ਹਜੇ ਸੰਧੂ ਭਾਅ ਜੀ ਨੇ ਸਪੈਸ਼ਲੀ ਇਹ ਗੱਲ ਕਹੀ ਸੀ ਕਿ ਹਜੇ ਇਹ ਕੰਮ ਸ਼ੁਰੂ ਨਹੀਂ ਹੋਇਆ ਬਟ ਸ਼ੁਰੂ ਹੋਣ ਵਾਲਾ, ਅਤੇ ਹੁਣ ਤੁਸੀਂ 2-4-5 ਦਿਨ ਪਹਿਲਾਂ ਦੇ ਕੋਈ ਸ਼ੋਅ ਦੇਖ ਲਓ ਏਜੰਟ ਦੇ, ਜਾਂ ਫਿਰ ਤੁਸੀਂ ਨਿਊਜ਼ ਪੇਪਰ ਪੜ੍ਹ ਲਓ ਜੀ, ਜਿਹਦੇ ਵਿੱਚ ਸਾਫ਼ ਸਾਫ਼ ਲਿਖਣਾ ਸ਼ੁਰੂ ਹੋ ਗਿਆ ਸਪਾਊਸ ਵੀਜ਼ਾ ਕੈਨੇਡਾ ਦਾ ਓਪਨ ਹੋ ਗਿਆ ਜੀ, ਸਪਾਊਸ ਨੂੰ ਉੱਥੇ ਵਰਕ ਪਰਮਿਟ ਮਿਲੂਗਾ, ਸਪਾਊਸ ਜਾ ਸਕਦੇ ਆ, ਇਹਦੇ ਉੱਪਰ ਸਪੈਸ਼ਲ ਸੈਮੀਨਾਰ ਲੱਗਣੇ ਸ਼ੁਰੂ ਹੋ ਗਏ, ਤੁਸੀਂ 5.5 ਬੈਂਡ ਨਾਲ ਕੈਨੇਡਾ ਜਾ ਸਕਦੇ ਹੋ, ਤੁਸੀਂ 5 ਬੈਂਡ ਨਾਲ ਕੈਨੇਡਾ ਜਾ ਸਕਦੇ ਹੋ, ਅਗਰ ਤੁਹਾਡਾ 1-5 ਐਲੀ ਕੋਰਸ ਲਾ ਕੇ ਜਾ ਸਕਦੇ ਹੋ, ਜੋ ਗੱਲਾਂ ਅਸੀਂ 1 ਮਹੀਨਾ ਪਹਿਲਾਂ, ਜ਼ਿਆਦਾ ਤਾਂ ਦੂਰ ਦੀ ਗੱਲ ਹੀ ਨਹੀਂ ਕਰਦੇ ਜੀ, 1 ਮਹੀਨਾ ਪਹਿਲਾਂ ਦੀ ਗੱਲ ਕਰਦੇ ਹਾਂ, 4 ਸ਼ੋਅ ਪਹਿਲਾਂ ਦਾ ਜਿਹੜਾ ਗੱਲ ਅਸੀਂ ਕੀਤੀ ਸੀ ਉਹ ਸ਼ੁਰੂ ਹੋ ਚੁੱਕੀ ਹੈ ਜੀ। ਬਚਿਓ ਇਹਨਾਂ ਸਾਰੇ ਜਿਹੜੇ ਗਿਰਜਾਂ ਨੇ ਜਿਹੜੀਆਂ ਤੁਹਾਨੂੰ ਨੋਚਣ ਆਈਆਂ ਹੋਈਆਂ ਨੇ, ਇਹਨਾਂ ਤੋਂ ਬਚ ਕੇ ਰਹੋ। ਕੈਨੇਡਾ ਜਿਵੇਂ ਪਹਿਲਾਂ ਦਾ ਸਾਫ਼ ਸੀ ਐਵੇਂ ਹੀ ਕੈਨੇਡਾ ਹੁਣ ਵੀ ਸਾਫ਼ ਆ, SPP ਪ੍ਰੋਗਰਾਮ ਦੀਆਂ ਜੋ ਕੰਡੀਸ਼ਨਸ ਪਹਿਲਾਂ ਸੀ ਉਹੀ ਕੰਡੀਸ਼ਨ ਹੁਣ ਨੇ ਜੀ। ਜਾਗ ਕੇ ਅੱਖਾਂ ਖੋਲ੍ਹ ਕੇ ਆਪਣੀ ਕੈਨੇਡਾ ਦੀ ਫਾਈਲ ਦਿਓ, ਅਦਰਵਾਈਜ਼ ਫਿਰ ਪਛਤਾਉਣ ਨਾਲ ਕੁਛ ਨਹੀਂ ਹੋਣਾ ਜੀ। ਜੀ, ਕਿਉਂਕਿ ਕੋਈ ਗਾਈਡਲਾਈਨਸ ਚੇਂਜ ਨਹੀਂ ਹੋਈਆਂ, ਤੁਸੀਂ ਨੈੱਟ 'ਤੇ ਚੈੱਕ ਕਰ ਸਕਦੇ ਹੋ, ਕਾਲਜਾਂ ਨੂੰ ਮੇਲ ਪਾ ਸਕਦੇ ਹੋ, ਚੰਗੇ ਏਜੰਟਸ ਜਿਹੜੇ ਇਸ ਕੰਮ 'ਚ ਡੀਲ ਕਰ ਰਹੇ ਨੇ ਸ਼ੁਰੂ ਤੋਂ, ਕੈਨੇਡਾ ਦਾ ਹੀ ਹੋਕਾ ਦੇ ਰਹੇ ਨੇ, ਅੱਜ ਤੋਂ ਸਾਲ ਪਹਿਲਾਂ ਵੀ 2 ਵੀ 4 ਵੀ 6 ਵੀ, ਉਹਨਾਂ ਕੋਲ ਜਾ ਕੇ ਤੁਸੀਂ ਗੱਲ ਕਰ ਸਕਦੇ ਹੋ, ਕੋਈ ਕਿਸੇ ਤਰ੍ਹਾਂ ਦੀ ਕੋਈ ਚੇਂਜਸ ਨਹੀਂ ਆਈ। ਇਹ ਵੀ ਕਿਹਾ ਜਾ ਰਿਹਾ ਕਿ ਬਾਕੀ ਏਜੰਟਾਂ ਨੂੰ ਨਹੀਂ ਪਤਾ, ਸਾਨੂੰ ਪਤਾ ਜੀ ਸਪੌਸ ਕੇਸ ਦਾ, ਸਾਨੂੰ ਪਤਾ ਜੀ 5.5 ਨਾਲ ਵੀਜ਼ਾ ਕਿਵੇਂ ਲੱਗਦਾ, ਸਾਨੂੰ ਪਤਾ ਜੀ ESL ਕੋਰਸ ਕੀ ਕਿਵੇਂ ਲੱਗਦਾ ਹੈਗਾ। ਬਿਲਕੁਲ ਜੀ, ਪਤਾ ਸਭ ਨੂੰ ਹੈ, ਉਹਦਾ ਸਕਸੈਸ ਰੇਟ ਨਹੀਂ ਹੈ। 5.5 ਨਾਲ ਮੈਂ ਵੀ ਤੁਹਾਡਾ ਵੀਜ਼ਾ ਅਪਲਾਈ ਕਰਾ ਦੂੰਗਾ, ਕੋਈ ਲੰਬੀ ਚੌੜੀ ਕਹਾਣੀ ਨਹੀਂ, ਝੂਠ ਬੋਲ ਕੇ ਤੁਹਾਡੀ ਫਾਈਲ ਮੈਂ ਵੀ ਫੜ ਲੂੰਗਾ ਕਿ ਸਪੌਸ ਕੇਸ ਲੱਗੂਗਾ, ਲੱਗਣੇ ਨਹੀਂ। 10-20-50 ਹਜ਼ਾਰ ਰੁਪਏ ਦਾ ਜਾਂ ਤਾਂ ਠੱਗੀ ਮਾਰਨ ਦਾ ਇੱਕ ਤਰੀਕਾ ਹੈ, ਜਾਂ ਦੂਸਰਾ, ਧਿਆਨ ਨਾਲ ਸੁਣੋ। ਤੁਸੀਂ ਫਾਈਲ ਦੇਤੀ ਸਮਝੋ ਜੀ ਕਿਸੇ ਕੋਲ ਵੀ, ਉਹਨੇ ਕਿਹਾ ਜੀ ਸਪੌਸ ਆਸਟ੍ਰੇਲੀਆ ਤਾਂ ਆਪਣਾ ਕੈਨੇਡਾ ਦਾ ਲੱਗ ਜੂਗਾ, ਵੀਜ਼ਾ ਰਿਜੈਕਟ ਹੋ ਗਿਆ, ਤੁਸੀਂ 10-20 ਹਜ਼ਾਰ ਜਿਹੜਾ ਫਸਾਇਆ, ਹੁਣ ਜੀ ਤੁਹਾਡੇ ਤੋਂ ਕੁਛ ਨਹੀਂ ਲਵਾਂਗੇ, ਹੁਣ ਤੁਹਾਡਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਕਰ ਦਿੰਦੇ ਹਾਂ ਉਹਨੂੰ ਮੋਲਡ ਕਰਨ ਵਾਸਤੇ, ਤੁਹਾਨੂੰ ਬੁਕਿੰਗ ਕਰਨ ਵਾਸਤੇ ਕਿ ਤੁਸੀਂ ਉਹਨਾਂ ਕੋਲੋਂ ਜਾਓ ਨਾ, ਜਿਸ ਤਰ੍ਹਾਂ ਕੰਪਨੀਆਂ ਕਰਦੀਆਂ ਕਿ ਕਿਸੇ ਹੋਰ ਕੋਲ ਨਾ ਜਾ ਪਾਓ, ਝੂਠ ਬੋਲ ਕੇ ਉਹਨਾਂ ਕੋਲ ਰਜਿਸਟ੍ਰੇਸ਼ਨ ਉਹਨਾਂ ਨੇ ਕਰਵਾ ਲੈਣੀ ਹੈ। ਇਸ ਚੀਜ਼ ਤੋਂ ਬਚੋ, ਕੋਈ ਰੂਲ ਨਹੀਂ ਬਦਲੇ ਕੈਨੇਡਾ ਦੇ, ਕੋਈ ਕੈਨੇਡਾ ਨੇ ਲੀਨੀਏਟ ਨਹੀਂ ਕੀਤਾ, ਕੋਈ ਟਾਈਟ ਨਹੀਂ ਕੀਤਾ, ਉਹੀ ਸਿਸਟਮ ਹੈ, ਉਹੀ GIC, ਉਹੀ ਪਾਸਪੋਰਟ, ਉਹੀ ਫੀਸ ਦੀ ਰਸੀਦ, ਉਹੀ ਅਕੈਡਮਿਕ ਡਾਕੂਮੈਂਟਸ, ਉਹੀ ਆਇਲਸ ਦਾ ਸਰਟੀਫਿਕੇਟ, 6 ਚੀਜ਼ਾਂ ਮੇਰੇ ਖਿਆਲ ਅੱਜ ਵੀ ਜਾ ਰਹੀਆਂ, ਉਹਨਾਂ ਨਾਲ ਹੀ ਵੀਜ਼ਾ ਆ ਰਿਹਾ, ਕੋਈ ਲੰਬਾ ਚੌੜਾ ਫਰਕ ਨਹੀਂ। ਐਗਜੈਕਟਲੀ, ਇੱਕ ਸੰਧੂ ਭਾਅ ਜੀ ਪ੍ਰੋਬਲਮ ਜਿਹੜੀ ਹੈਗੀ ਹੈ ਨਾ ਸਾਡੀ, ਜਦੋਂ ਇਹ ਸਾਰਾ ਕੁਝ ਕਿਉਂ ਹੁੰਦਾ, ਉਹ ਇਹ ਉਦੋਂ ਹੁੰਦਾ ਜੀ ਜਦੋਂ ਐਕਚੁਅਲ ਦੇ ਵਿੱਚ ਮੈਂ ਦੱਸ ਰਿਹਾ ਜੀ, ਜਿਹੜੇ ਅੱਛੇ ਬੱਚੇ ਨੇ ਨਾ, ਜਿੰਨੇ ਵੀ 80% 90% ਵਾਲੇ ਸਟੂਡੈਂਟ ਨੇ, ਐਕਚੁਅਲ ਦੇ ਵਿੱਚ ਉਹਨਾਂ ਨੂੰ ਤਾਂ ਕੋਈ ਮਿਸਗਾਈਡ ਕਰ ਵੀ ਨਹੀਂ ਸਕਦਾ ਜੀ, ਨਾ ਉਹ ਪੈਸੇ ਦਿੰਦੇ ਨੇ।
ਇਹ ਕਿਉਂ ਇਹ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਉਹਨਾਂ ਨੂੰ ਲਭਾਉਣ ਲਈ, ਉਹਨਾਂ ਦੀ ਜਿਨ੍ਹਾਂ ਦੀ ਫਰਸਟ੍ਰੇਸ਼ਨ ਹੈਗੀ ਆ, ਜਿਹੜੇ ਸਾਢੇ ਪੰਜ ਤੇ ਕੈਨੇਡਾ ਜਾਣਾ ਚਾਹੁੰਦੇ, ਜਿਹੜੇ ਸਪਾਊਸ ਜਿਨ੍ਹਾਂ ਦਾ ਕਿਤੋਂ ਲੱਗਿਆ ਨਹੀਂ ਉਹ ਜਾਣਾ ਚਾਹੁੰਦੇ ਆ, ਇਹ ਕੁਝ ਕੰਪਨੀਜ਼ ਇਹੋ ਜਿਹੀਆਂ ਜਿਨ੍ਹਾਂ ਦਾ ਟਾਰਗੇਟ ਆਡੀਅੰਸ ਆ ਜਿਹੜੀ, ਮਤਲਬ ਉਹ ਟਾਰਗੇਟ ਹੀ ਪੰਜਾਬ ਦੇ ਉਹਨਾਂ ਲੋਕਾਂ ਨੂੰ ਕਰਨਾ ਚਾਹੁੰਦੇ ਆ ਜਿਹੜੇ ਐਲੀਜੀਬਲ ਹੁੰਦੇ ਹੀ ਨਹੀਂ, ਜਿਹੜੇ ਜਾ ਨਹੀਂ ਸਕਦੇ, ਉਹਨਾਂ ਨੂੰ ਹੀ ਇਹ ਕੰਪਨੀਆਂ ਟਾਰਗੇਟ ਕਰਦੀਆਂ। ਅਗਰ ਅਸੀਂ ਕਹੀਏ ਵੀ ਇਹ ਕਿਉਂ ਕਰਦੇ ਨੇ, ਲੋਕ ਆ ਕੇ ਪੁੱਛਣਗੇ ਜੀ ਇਹ ਕਿਉਂ ਐਡ ਦਿੰਦੇ ਨੇ, ਇਹ ਐਡ ਉਹਨਾਂ ਲੋਕਾਂ ਲਈ ਦਿੰਦੇ ਨੇ ਜਿਹੜੇ ਲੋਕ ਜਾ ਸਕਦੇ ਨਹੀਂ, ਜਿਨ੍ਹਾਂ ਦੀ ਐਲੀਜੀਬਿਲਿਟੀ ਪੂਰੀ ਨਹੀਂ ਹੋ ਰਹੀ ਪਰ ਜਾਣਾ ਚਾਹੁੰਦੇ ਨੇ, ਜਾਣ ਦੀ ਆਸ ਦੇ ਵਿੱਚ 10-20 ਹਜ਼ਾਰ ਰੁਪਇਆ ਫੜਾ ਆਉਂਦੇ ਨੇ। ਉਹ ਕੋਈ ਫਰਕ ਨਹੀਂ ਜੀ ਪੈਂਦਾ, 20-30 ਹਜ਼ਾਰ ਰੁਪਇਆ ਤਾਂ ਐਵੇਂ ਦੇ ਆਉਂਦੇ ਨੇ ਜਾ ਕੇ, ਇਸੇ ਖੁਸ਼ੀ ਦੇ ਵਿੱਚ ਦੇ ਆਉਂਦੇ ਨੇ। ਮੈਨੂੰ ਇਹ ਦੱਸੋ, ਅਗਰ ਤੁਹਾਨੂੰ ਕੋਈ ਬੱਚਿਓ ਕਵੇ ਕਿ 1 ਲੱਖ ਰੁਪਈਏ ਦੇ ਵਿੱਚ ਮੈਂ ਤੁਹਾਨੂੰ ਮਰਸਡੀਜ਼ ਕਾਰ ਦਿੰਦਾ, ਇਹ ਕੋਈ ਗੱਲ ਬਣਦੀ ਆ? ਕੋਈ ਤੋਕੀ ਨਹੀਂ ਬਣਦੀ। ਜੇ ਤੁਹਾਨੂੰ ਕੋਈ ਕਹਿੰਦਾ 5 ਬੈਂਡ ਤੇ 5.5 ਬੈਂਡ ਤੇ ਮੈਂ ਕੈਨੇਡਾ ਪਹੁੰਚਾਉਣਾ, ਇਹਦਾ ਮਤਲਬ ਉਹ ਤੁਹਾਨੂੰ ਝੂਠ ਬੋਲ ਰਿਹਾ ਤੁਹਾਡੇ ਤੋਂ ਕੁਝ ਪੈਸੇ ਲੈਣ ਲਈ। ਇਹ ਤਾਂ ਸਾਰੇ ਪਾਸੇ ਹੀ ਹੈ ਜੀ, ਇਹਦੇ ਵਿੱਚ ਨਹੀਂ, ਇਹ ਤਾਂ ਹੁਣ ਆ ਟਾਵਰ ਲਵਾ ਲਓ ਜੀ ਘਰਾਂ ਦੇ ਵਿੱਚ, ਕਿੰਨੀਆਂ ਤੁਸੀਂ ਸੁਣਦੇ ਹੋ ਜੀ, ਲਿਆਓ ਸਾਨੂੰ 50 ਹਜ਼ਾਰ ਰੁਪਇਆ ਦੇ ਦਿਓ, ਅਸੀਂ ਤੁਹਾਡੇ ਘਰੇ ਟਾਵਰ ਲਾ ਕੇ ਜਾਵਾਂਗੇ, ਤੁਹਾਨੂੰ ਹਰ ਮਹੀਨੇ 1 ਲੱਖ ਰੁਪਇਆ ਕਿਰਾਇਆ ਆਇਆ ਕਰੂਗਾ। ਮਤਲਬ ਕੁਛ ਵੀ ਵੱਡਾ ਪਾਉਣ ਦੀ ਆਸ ਦੇ ਵਿੱਚ 10-20-30 ਹਜ਼ਾਰ 50 ਹਜ਼ਾਰ ਰੁਪਇਆ ਅਸੀਂ ਨੋਰਮਲੀ ਫੜਾਏ ਹੁੰਦੇ ਹਾਂ। ਇਮੀਗ੍ਰੇਸ਼ਨ ਵਾਲੀਆਂ ਕੰਪਨੀਆਂ ਵੀ ਐਂ ਕਰੀ ਜਾਂਦੀਆਂ ਨੇ ਜੀ। ਇਹ ਉਹਨਾਂ ਲੋਕਾਂ ਵੱਲੋਂ ਸਟਾਰਟ ਕੀਤਾ ਗਿਆ ਜਿਹੜੇ ਲੋਕ ਉਹਨਾਂ ਲੋਕਾਂ ਨੂੰ ਟਾਰਗੇਟ ਕਰਨਾ ਚਾਹੁੰਦੇ ਆ। ਦੇਖੋ ਮੈਂ ਹਮੇਸ਼ਾ ਇਹੀ ਗੱਲ ਕਹਿਣਾ ਹੁੰਦਾ, ਤੁਸੀਂ ਪਤਾ ਕੀ ਕਰਿਆ ਕਰੋ, ਤੁਸੀਂ ਆਪਣੇ ਨਾ ਡਾਕੂਮੈਂਟਸ ਕਿਸੇ ਵੀ ਅੱਛੇ ਕੰਸਲਟੈਂਟ ਨੂੰ ਦਿਖਾਓ, ਆਪਣੀ ਇੱਛਾ ਨਾਲ ਜ਼ਾਹਰ ਕਰੋ, ਮੈਂ ਆਹ ਚਾਹੁੰਦਾ, ਮੇਰਾ ਦਿਲ ਕਰਦਾ ਮੈਂ ਆਹ ਕਰਨਾ ਚਾਹੁੰਦਾ, ਮੈਂ ਤਾਂ ਇਸ ਕੰਟਰੀ ਦੇ ਵਿੱਚ ਜਾਣਾ ਚਾਹੁੰਦਾ। ਤੁਹਾਡੇ ਦਿਲ ਤੋਂ ਦੱਸੋ ਕਿਸੇ ਨੇ ਕੀ ਲੈਣਾ ਜਾਂ ਤੁਹਾਡੇ ਮਨ ਤੋਂ ਕਿਸੇ ਨੇ ਕੀ ਲੈਣਾ, ਆ ਜਿਹੜੇ ਤੁਹਾਡੇ ਡਾਕੂਮੈਂਟ ਨੇ ਨਾ ਇਹ ਦੱਸਣਗੇ ਇਹਨਾਂ ਦੇ ਨਾਲ ਤੁਸੀਂ ਕਿੱਥੇ ਜਾ ਸਕਦੇ ਹੋ। ਆਪਣੇ ਡਾਕੂਮੈਂਟਸ ਦਿਖਾਇਆ ਕਰੋ, ਅਗਰ ਇਹਨਾਂ ਨਾਲ ਨਿਊਜ਼ੀਲੈਂਡ ਜਾ ਸਕਦੇ ਹੋ ਤਾਂ ਚੁੱਪਚਾਪ ਨਿਊਜ਼ੀਲੈਂਡ ਚਲੇ ਜਾਓ। ਹੁਣ 2.5 ਲੱਖ ਰੁਪਏ ਦੇ ਵਿੱਚ ਮੇਰਾ ਜੀ ਕਰਦਾ ਮੈਂ ਤਾਂ ਨਾ ਰੇਂਜ ਰੋਵਰ ਕਢਾ ਕੇ ਲਿਆਉਣੀ ਹੈ ਜੀ, ਭਾਜੀ ਨਹੀਂ। ਇਹ ਗੱਲਾਂ ਬਾਰ ਬਾਰ ਮੈਂ ਇਗਜ਼ੈਂਪਲ ਆ ਉਦਾਹਰਨਾਂ ਦੇ ਕੇ, ਉਹੀ ਉਦਾਹਰਨਾਂ ਦੇ ਕੇ ਤਾਂ ਤੁਹਾਨੂੰ ਸਮਝਾਉਣਾ, ਸ਼ਾਇਦ ਕਿਸੇ ਖਾਨੇ ਪੈ ਜਾਵੇ ਗੱਲ ਕਿ ਜਿੰਨੇ ਨਾਲ ਜਿੰਨਾ ਆਉਂਦਾ ਉਨਾ ਹੀ ਆਉਂਦਾ, ਜਦੋਂ ਉਸ ਤੋਂ ਵੱਧ ਕੇ ਤੁਸੀਂ ਡਿਮਾਂਡ ਕਰਦੇ ਹੋ ਫਿਰ ਠੱਗੀ ਵੱਜਦੀ ਹੈ, ਅਦਰਵਾਈਜ਼ ਤੁਹਾਡੇ ਨਾਲ ਕੋਈ ਠੱਗੀ ਮਾਰ ਨਹੀਂ ਸਕਦਾ। ਇਸ ਤਰ੍ਹਾਂ ਨਾ ਜੀ ਕਿ ਤਕਰੀਬਨ 1.25 ਲੱਖ ਤੋਂ 1.5 ਲੱਖ ਬੱਚਾ ਜਿਹੜਾ BA ਦੇ ਪੇਪਰ ਇਗਜ਼ਾਮਸ ਦੇ ਵਿੱਚ ਬੈਠਦਾ ਪੰਜਾਬ 'ਚ, ਅਪਰੋਕਸੀਮੇਟਲੀ ਡਾਟਾ, ਘੱਟ ਵੱਧ ਸਕਦਾ, ਮੈਂ ਮਾਫੀ ਚਾਹੂੰਗਾ ਪਹਿਲਾਂ ਹੀ। ਤਕਰੀਬਨ ਸਾਡੇ ਕੋਲ ਜਿਹੜਾ ਡਾਟਾ ਆਉਂਦਾ 3 ਲੱਖ 10-15 ਹਜ਼ਾਰ ਤੋਂ ਸ਼ੁਰੂ ਹੋ ਕੇ 3.5 ਲੱਖ ਤਕਰੀਬਨ ਹਰ ਬੱਚਾ +2 'ਚ ਬੈਠਦਾ। ਇਹਨੂੰ ਐਸਟੀਮੇਟਲੀ ਅਸੀਂ ਮਿਲਾ ਲਈਏ ਕਿ 1.25 ਲੱਖ ਤੋਂ 1.25 ਲੱਖ ਦੇ ਵਿੱਚ ਵਿੱਚ ਬੱਚਾ +2 ਔਰ BA ਕਰਦਾ ਹਰ ਸਾਲ। ਅੱਧੇ ਕੁ ਬੱਚੇ ਬਾਹਰ ਜਾਣ ਚਾਹੁੰਦੇ ਨੇ, ਅੱਧੇ ਨਹੀਂ ਜਾਣਾ ਚਾਹੁੰਦੇ, 2.5 ਲੱਖ ਰਹਿ ਗਿਆ, 2.5 ਦੇ ਵਿੱਚੋਂ ਅੱਧੇ ਐਲੀਜੀਬਲ ਹੋ ਜਾਂਦੇ ਨੇ, ਅੱਧੇ ਨਹੀਂ ਹੁੰਦੇ। ਹੁਣ 1.25 ਲੱਖ ਬੱਚਾ ਜਿਹੜਾ ਹੈਗਾ ਉਹ ਵਿਦੇਸ਼ਾਂ 'ਚ ਨਹੀਂ ਜਾ ਸਕਦਾ, ਉਹਨਾਂ ਦੇ ਵਿੱਚੋਂ ਇੰਟਰਵਿਊ 'ਚ ਰਹਿਣ ਵਾਲੇ ਨੇ, ਆਇਲਸ 'ਚ ਰਹਿਣ ਵਾਲੇ ਨੇ, ਪਰਸੈਂਟੇਜ ਵਾਈਜ਼ ਮਾਰ ਖਾਣ ਵਾਲੇ ਨੇ, ਕੋਈ ਗਲਤ ਏਜੰਟਾਂ ਕੋਲ ਜਾਣਗੇ। 1.25 ਲੱਖ ਦੇ ਵਿੱਚੋਂ 20-30 ਹਜ਼ਾਰ ਬੱਚਾ ਮੈਂ ਕਹਿੰਦਾ ਚਲਿਆ ਜਾਂਦਾ ਹੋਊਗਾ ਜੀ, ਹਰ ਸਾਲ ਪੰਜਾਬ ਦੇ ਵਿੱਚੋਂ 20-30 ਹਜ਼ਾਰ ਬੱਚਾ ਚਲਿਆ ਜਾਂਦਾ ਹੋਊਗਾ। ਹਰ ਸਾਲ 4 ਲੱਖ ਬੱਚੇ ਦੀ ਰੇਸ਼ੋ ਵੱਧ ਰਹੀ ਹੈ ਜਿਹੜਾ ਵਿਦੇਸ਼ ਨਹੀਂ ਜਾ ਪਾ ਰਿਹਾ, ਪੰਜਾਬ 'ਚ ਨੌਕਰੀ ਨਹੀਂ ਮਿਲ ਰਹੀ, ਪ੍ਰਾਈਵੇਟ ਜਾਂ ਸਰਕਾਰੀ ਨਹੀਂ ਮਿਲ ਰਹੀ, ਉਹ ਕਿਤੇ ਨਾ ਕਿਤੇ ਆਰੇ ਲੱਗਣਾ ਚਾਹੁੰਦਾ ਹੈ। ਜੇ ਤਿੰਨ ਸਾਲਾਂ ਦਾ ਡਾਟਾ ਕੱਢ ਲਓ, ਜਿਹਨੇ ਜਿਹੜਾ 3 ਸਾਲ ਪਹਿਲਾਂ +2 ਜਾਂ BA ਕੀਤੀ ਸੀ, ਅੱਜ ਮੈਰਿਜ ਕਰਾ ਲਈ ਹੈ, ਮੈਰਿਜ ਕਰਾ ਕੇ ਗੈਪ ਹੋ ਗਿਆ, ਉਹਨਾਂ ਦੀ ਰੇਸ਼ੋ ਜਿਹੜੀ ਹੋ ਗਈ ਹੈ 10-15 ਲੱਖ। ਤੁਸੀਂ ਸਹੀ ਕਹਿ ਰਹੇ ਸੀ, ਮੈਂ ਤੁਹਾਡੇ ਨਾਲ ਚੀਜ਼ ਐਡ ਆਨ ਕਰਨੀ ਚਾਹ ਰਿਹਾ, ਜਦੋਂ ਅਸੀਂ ਐਡ ਦੇਵਾਂਗੇ ਕਿ 5 ਬੈਂਡ ਦੇ ਕੈਨੇਡਾ ਚੱਲੋ, ਨੋ ਗੈਪ, ਹਾਂਜੀ ਠੀਕ ਹੈ, ਕੋਈ ਗੈਪ ਦੀ ਪ੍ਰੋਬਲਮ ਨਹੀਂ, ਐਕਸੈਪਟੇਬਲ ਗੈਪ, 3 ਸਾਲ ਦਾ ਗੈਪ ਐਕਸੈਪਟੇਬਲ ਹੈ, ਨੋ ਓਲਡ ਫੰਡ ਇਸ ਤਰ੍ਹਾਂ ਦੀ ਜਦੋਂ ਐਡ ਆਉਂਦੀ ਹੈ ਤਾਂ ਤੁਸੀਂ ਹਿਸਾਬ ਲਾਓ ਕਿ ਉਹ ਜਿਹੜਾ ਐਲੀਜੀਬਲ ਬੱਚਾ ਹੈ 1-1.5 ਲੱਖ ਉਹਦੇ ਵਿੱਚੋਂ ਤਾਂ ਤੁਹਾਨੂੰ ਕੁਛ ਐਪਲੀਕੇਸ਼ਨ ਆਉਣੀਆਂ, ਜਿਹੜਾ ਪਿਛਲੇ 3 ਸਾਲਾਂ 'ਚ ਨਾਕਾਮ ਬੱਚਾ ਹੋਇਆ 12 ਲੱਖ ਉਦੇ ਵਿੱਚੋਂ ਮੈਂ ਕਹੂੰਗਾ ਪੰਜਾਬੀ ਵਿੱਚ ਕਿ ਮੁਰਗੀ ਫਸ ਜਾਣੀ ਹੈ। ਇੱਕ ਏਜੰਟ ਕੋਲ ਅਗਰ 100 ਬੱਚਾ ਵੀ ਆ ਗਿਆ, ਮਿਨੀਮਮ ਦੀ ਗੱਲ ਕਰ ਰਹੇ ਹਾਂ ਜੀ, ਜਿਹੜਾ ਕਿ ਐਵੇਂ ਆ ਸਕਦਾ, 100 ਬੱਚਾ ਵੀ ਆ ਗਿਆ ਔਰ 25 ਲੱਖ 25 ਹਜ਼ਾਰ ਰੁਪਇਆ ਵੀ ਲੈ ਗਿਆ, ਉਹਦਾ 25 ਲੱਖ ਰੁਪਇਆ ਬਣ ਗਿਆ,
ਚਾਰ ਮਹੀਨੇ ਲੱਗੇ ਤੇ ਕਰੋੜ ਬਣ ਗਿਆ ਭਾਅ ਜੀ, ਚਿੱਟੀ ਹੋ ਜਾਂਦੀ ਹੈ ਦਾੜੀ, ਬਾਲ ਹੋ ਜਾਂਦੇ ਨੇ ਚਿੱਟੇ ਔਰ ਝੁਰੜੀਆਂ ਪੈ ਜਾਂਦੀਆਂ ਨੇ ਆਪਣੇ ਫੇਸ ਤੇ। ਇੱਕ ਜ਼ਿਮੀਂਦਾਰ ਬੰਦੇ ਨੂੰ ਕਰੋੜ ਕਮਾਉਂਦੇ ਕਮਾਉਂਦੇ, ਔਰ ਇਹ ਇੱਥੇ ਬੈਠੇ ਚੁਟਕੀਆਂ ਮਾਰ ਕੇ 4 ਮਹੀਨੇ 'ਚ ਕਰੋੜ ਕਮਾ ਕੇ ਵਿਹਲੇ ਹੋ ਜਾਂਦੇ ਨੇ ਜੀ। ਤੁਹਾਨੂੰ ਲਭਾਉਣ ਲਈ, ਤੁਹਾਨੂੰ ਮਤਲਬ ਤੁਹਾਡੇ ਨਾਲ ਠੱਗੀਆਂ ਮਾਰਨ ਲਈ, ਤੁਹਾਡੇ ਨਾਲ ਧੋਖਾ ਕਰਨ ਲਈ, ਤੁਹਾਡੇ ਜੇਬਾਂ 'ਚੋਂ ਪੈਸੇ ਕਢਾਉਣ ਲਈ। ਦੱਸਿਆ ਨਾ ਪਹਿਲਾਂ ਕੀ ਹੁੰਦਾ ਸੀਗਾ, ਕੋਈ ਕਿਸੇ ਤੋਂ 5 ਲੱਖ ਰੁਪਇਆ ਲੈ ਕੇ ਭੱਜ ਗਿਆ, ਕਿਸੇ ਤੋਂ 10 ਲੱਖ ਰੁਪਇਆ ਲੈ ਕੇ ਭੱਜ ਗਿਆ, ਉਹ ਕੀ ਹੁੰਦਾ ਸੀ ਕਿ ਉਹਨੂੰ ਕਿਤੇ ਨਾ ਕਿਤੇ ਵਾਪਸ ਆਉਣਾ ਪੈਂਦਾ ਸੀ, ਕਿਉਂਕਿ ਜਿਹੜਾ ਬੰਦਾ ਤੁਹਾਡਾ 10 ਲੱਖ ਰੁਪਇਆ ਮਾਰ ਕੇ ਗਿਆ, ਕੱਟ ਛੱਡੋਗੇ ਤਾਂ ਹੈ ਨਹੀਂ ਤੁਸੀਂ ਉਹਨੂੰ ਘੱਟੋ ਘੱਟ, ਕਿਉਂਕਿ 10 ਲੱਖ ਬਹੁਤ ਵੱਡੀ ਅਮਾਊਂਟ ਆ। ਜਿੱਥੇ ਤੱਕ ਮਰਜ਼ੀ ਭੱਜ ਲਵੇ ਪਿੱਛਾ ਛੱਡੋਗੇ, ਜੇ ਉਹ 50 ਬੰਦਿਆਂ ਤੋਂ 10-10 ਲੱਖ ਰੁਪਇਆ ਲੈ ਕੇ ਗਿਆ ਤਾਂ 50 ਨੇ ਉਹਦੀ ਨੇਰੀ ਲਿਆ ਦੇਣੀ ਆ। ਇਹ ਹੁਣ ਏਜੰਟਾਂ ਨੇ ਕੀ ਸੋਚਿਆ, ਇਹ ਕਹਿੰਦੇ ਸਮਾਰਟ ਗੇਮ ਖੇਡੋ ਵੀ ਉਹ ਭੱਜਣ ਦੀ ਕੀ ਲੋੜ ਆ, 2-4-5 ਕਰੋੜ ਰੁਪਏ ਲੈ ਕੇ ਭੱਜਣ ਦੀ ਕੀ ਲੋੜ ਆ ਜਦੋਂ ਇੱਥੇ ਹਰ 3 ਮਹੀਨੇ ਵੱਧ ਕਰੋੜ ਬਣਦਾ। ਹੁਣ ਮੰਗਦੇ ਹੀ ਇੰਨਾ ਵਾ ਤੁਹਾਡੇ ਕੋਲ, ਥੋੜੀ ਅਮਾਊਂਟ ਚੰਡੀਗੜ੍ਹ ਬੈਠਾ, ਜਲੰਧਰ ਬੈਠਾ, ਬਠਿੰਡੇ ਵਾਲੇ ਕੋਲੋਂ ਪੈਸੇ ਲੈ ਲਏ, 25,000 ਲੈ ਲਿਆ, ਉਹਦੀ 2 ਵਾਰ ਉਹਨੇ ਮਹੀਨੇ 'ਚ ਚੱਕਰ ਲਾ ਲਏ, 2-4 ਹਜ਼ਾਰ ਰੁਪਏ ਐਂ ਫੁੱਟ ਜਾਣਾ, ਮੁੜ ਕੇ ਨਾ ਉਹਨੇ ਮਿਲਣਾ ਨਾ ਕਰਨਾ। ਸੋ ਤੁਹਾਨੂੰ ਲਭਾਉਣ ਲਈ ਜੀ ਹੋਰ ਇੱਕ ਨਵੀਂ ਸਕੀਮ ਆਈ ਹੋਈ ਹੈ ਜੀ, ਉਹ ਆਪਾਂ ਪਾਥਵੇ ਆ ਗਿਆ ਜੀ, ਸਪਾਊਸ ਵੀਜ਼ਾ ਆ ਗਿਆ ਜੀ, ਤੁਹਾਡਾ ਵਰਕ ਪਰਮਿਟ ਆ ਗਿਆ ਜੀ, ਤੁਹਾਡੀ PR ਆ ਗਈ। ਕਈ ਇਹੋ ਜਿਹੇ ਆਉਂਦੇ ਨੇ ਜੀ, ਸਾਡੇ ਕੋਲ ਕੇਸ ਆਏ ਨੇ, ਮੇਰੇ ਕੋਲ ਸੈਮੀਨਾਰ ਤੇ 2-3 ਬੱਚੇ ਆਏ ਨੇ, ਪਾਸਪੋਰਟ ਦਿਖਾਉਣ ਆਏ, ਕਹਿੰਦੇ ਦੇਖਿਓ ਜੀ ਵੀਜ਼ਾ ਸਹੀ ਲੱਗਿਆ ਹੋਇਆ ਸਾਡਾ ਕਿ ਨਹੀਂ ਸਹੀ ਲੱਗਿਆ, 16 ਲੱਖ ਰੁਪਇਆ ਲੈ ਕੇ ਕਹਿੰਦੇ ਸਾਡਾ ਵੀਜ਼ਾ ਲਵਾਇਆ, ਵਿਜ਼ਿਟਰ ਵੀਜ਼ਾ ਕੈਨੇਡਾ ਦਾ। ਸੋ ਆਹ ਲਭਾਉਣ ਲਈ ਆ ਇੱਕ ਹੋਰ ਹੈ ਜੀ ਜਿਹੜਾ ਪਾਥਵੇ ਵਾਲਾ, 2 ਸਾਲ ਇੱਥੇ ਪੜ੍ਹੋ, 2 ਸਾਲ ਉੱਥੇ ਪੜ੍ਹੋ। ਆ ਪਹਿਲਾਂ ਕਿਸ ਨਿਊਜ਼ੀਲੈਂਡ ਸ਼ੁਰੂ ਹੋਇਆ ਸੀ, ਹੁਣ ਕੈਨੇਡਾ ਸ਼ੁਰੂ ਹੋਇਆ ਹੋਇਆ। ਦੇਖੋ ਇਹ ਵੀ ਇੱਕ ਤੁਹਾਨੂੰ ਲਭਾਉਣ ਲਈ ਹੀ, ਤੁਹਾਨੂੰ ਫਸਾਉਣ ਲਈ, ਤੁਹਾਡੀ ਫਰਸਟ੍ਰੇਸ਼ਨ, ਕਿਉਂਕਿ ਜਿਹੜੇ ਕੈਨੇਡਾ ਜਾ ਨਹੀਂ ਸਕਦੇ ਜੀ ਉਹੀ ਉਹੀ ਜਾਣਗੇ, ਠੀਕ ਹੈ ਜੀ, ਜਿਹੜਾ ਸਿੱਧਾ ਜਾ ਸਕਦਾ ਉਹ ਤਾਂ ਪਾਥਵੇ ਲੈ ਗਏ। ਤੁਸੀਂ ਦੱਸੋ ਜਿਹੜਾ ਬੰਦਾ ਅੱਜ, ਤੁਸੀਂ ਅੱਜ ਜਾ ਸਕਦੇ ਹੋ, ਤੁਸੀਂ 2 ਸਾਲ ਬਾਅਦ ਕਿਉਂ ਜਾਵੋਗੇ? ਚਲੋ ਠੀਕ ਹੈ, ਤੁਸੀਂ ਉਹਨਾਂ ਨੂੰ ਕਹੋ ਜੀ 2 ਸਾਲ ਬਾਅਦ ਅਸੀਂ ਚਲੇ ਜਾਵਾਂਗੇ, ਠੀਕ ਹੈ ਕੈਨੇਡਾ, ਕੋਈ ਗਰੰਟੀ ਦੇ ਦਿਓ, ਕੋਈ ਗਰੰਟੀ ਦੇ ਦਿਓ ਲਿਖ ਕੇ ਵੀ 2 ਸਾਲ ਬਾਅਦ ਸਾਡਾ ਕੈਨੇਡਾ ਦਾ ਵੀਜ਼ਾ ਲੱਗੂਗਾ। ਫਿਰ ਹਾਸਾ ਜਿਹਾ, ਗੰਦਾ ਜਿਹਾ ਹੱਸੀ ਸਮਾਈਲ ਜੀ ਮਾਰ ਦੇਣਗੇ, ਉਹ ਇਹ ਤਾਂ ਕਿਸਮਤ ਦੀ ਗੱਲ ਆ, ਨਹੀਂ ਕਿਸਮਤ ਦੀ ਗੱਲ ਆ, ਫਿਰ 2 ਸਾਲ ਕਾਹਦੇ ਲਈ ਲਾਉਣੇ ਨੇ? ਦੇਖੋ ਸਿਆਣੇ ਬਣਿਓ ਬੱਚਿਓ, ਅੱਜ ਅਗਰ ਤੁਸੀਂ, ਅੱਜ ਮੈਂ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਕੈਨੇਡਾ ਨਹੀਂ ਜਾ ਸਕਦੇ ਜਾਂ ਤੁਹਾਡਾ ਕੈਨੇਡਾ ਦਾ ਵੀਜ਼ਾ ਰਿਜੈਕਟ ਹੋ ਗਿਆ, ਅੱਜ ਤੁਸੀਂ ਨਿਊਜ਼ੀਲੈਂਡ ਚਲੇ ਜਾਓ, ਤੁਸੀਂ ਕਹਿੰਦੇ ਇਹਦੇ ਨਾਲੋਂ ਤਾਂ ਬੈਟਰ ਇਹੀ ਆ ਕਿ 2 ਸਾਲ ਉੱਥੇ ਪੜ੍ਹ ਕੇ 2 ਸਾਲ ਬਾਅਦ ਕੈਨੇਡਾ ਚਲੇ ਜਾਵਾਂਗੇ। 2 ਸਾਲ ਬਾਅਦ ਦੀ ਕੀ ਗਰੰਟੀ ਆ ਕਿ ਤੁਸੀਂ ਕੈਨੇਡਾ ਚਲੇ ਜਾਓਗੇ ਜਾਂ ਤੁਹਾਡਾ ਵੀਜ਼ਾ ਲੱਗ ਜੂ? ਬਟ ਹਾਂ, ਇਸ ਗੱਲ ਦੀ ਜ਼ਰੂਰ ਗਰੰਟੀ ਆ ਕਿ ਜੇ ਅੱਜ ਨਿਊਜ਼ੀਲੈਂਡ ਗਏ ਹੁੰਦੇ, 2 ਸਾਲ ਬਾਅਦ ਗ੍ਰੈਜੂਏਟ ਜੋਬ ਸਰਚ ਵੀਜ਼ਾ ਜ਼ਰੂਰ ਮਿਲਿਆ ਹੋਣਾ ਸੀ ਤੇ ਮਹੀਨੇ ਦਾ 2-3 ਲੱਖ ਰੁਪਇਆ ਕਮਾਉਣਾ ਸ਼ੁਰੂ ਕਰ ਦੇਣਾ ਸੀ। ਪਰ ਫਿਰ ਇਹ ਕੀ ਕਰਨਗੇ 2 ਸਾਲ ਬਾਅਦ ਜੇ ਤੁਹਾਡਾ ਨਾਂ ਆਇਆ, ਜਿਹੜੇ PTU ਵਗੈਰਾ ਜਾਂ LPU ਦੇ ਜਿਹਦਾ ਅੱਗੇ ਨਾਲ ਜਿਹਦੇ ਨਾਲ ਟਾਈ ਅਪ ਕੀਤਾ ਹੋਇਆ, ਉਹਦੀ 4 ਸਾਲ ਦੀ ਜਾਂ 3 ਸਾਲ ਦੀ ਡਿਗਰੀ ਤੁਹਾਡੇ ਹੱਥ 'ਚ ਫੜਾ ਕੇ ਘਰੇ ਬਿਠਾ ਦੇਣਗੇ, ਫਿਰ ਮੁੜ ਕੇ ਬੈਠੇ ਉਹਦੀ ਡਿਗਰੀ ਵੱਲ ਦੇਖੀ ਜਾਇਓ, ਨਾਲੇ ਇੱਧਰ ਪੈਸੇ ਖਰਾਬ ਕਰ ਲਏ, ਨਾਲੇ ਉਦੋਂ ਉੱਧਰ ਵੀ ਨਹੀਂ ਜਾ ਸਕਣਾ ਜਿੱਥੋਂ ਅੱਜ ਜਾ ਸਕਦੇ ਹੋ। ਸੋ ਆਲਮੋਸਟ ਨਾ ਹਰ ਪਾਸਿਓਂ ਤੁਹਾਨੂੰ ਗਿਰਜਾਂ ਆਈਆਂ ਹੋਈਆਂ ਨੇ ਜੀ, ਪੰਜਾਬ ਦੇ ਵਿੱਚ ਗਿਰਜਾਂ ਨੇ, ਮੈਂ ਤਾਂ ਕਹਿੰਦਾ ਏਜੰਟ ਇਹ ਬਸ ਨੋਚਣ ਲਈ ਤਿਆਰ ਬੈਠੇ ਨੇ, ਆਪਣਾ ਬਚਾਅ ਕਰੋ ਜਿੰਨਾ ਕਰ ਸਕਦੇ ਹੋ। ਜਿਹੜੇ ਪਾਥਵੇਜ਼ ਪ੍ਰੋਗਰਾਮ ਦੇ ਵਿੱਚ ਡਿਗਰੀਆਂ ਦਿੱਤੀਆਂ ਜਾਂਦੀਆਂ ਜਿਹੜੀਆਂ, ਕੀ ਉਹ ਵੈਲਿਡ ਨੇ ਇੰਡੀਆ ਦੇ ਵਿੱਚ ਕੰਮ ਆ ਜਾਂਦੀਆਂ ਉਹ? ਦੇਖੋ ਜੀ ਕੀ ਕੀਤਾ ਹੋਇਆ, ਮੈਂ ਇੱਕ ਤੁਹਾਨੂੰ ਸਿਸਟਮ ਸਮਝਾ ਦਿੰਦਾ ਇਹ ਪਾਥਵੇਜ਼ ਪ੍ਰੋਗਰਾਮ ਹੁੰਦਾ ਕੀ ਆ। ਮੈਨੂੰ ਅੱਜ ਤੋਂ ਘੱਟੋ ਘੱਟ 8-9 ਸਾਲ ਪਹਿਲਾਂ ਇਹ ਆਈ ਸੀਗੀ ਆਪਸ਼ਨ, ਕਾਲਜਿਸ ਨੇ ਦਿੱਤੀ ਸੀ ਕਿ ਤੁਸੀਂ ਇਹ ਪ੍ਰੋਗਰਾਮ ਸ਼ੁਰੂ ਕਰੋ। ਇਹਦੇ ਵਿੱਚ ਪਾਥਵੇ ਪ੍ਰੋਗਰਾਮ ਦੇ ਵਿੱਚ ਹੈ ਇਹ ਸਿਸਟਮ ਹੈ ਕਿ ਤੁਸੀਂ ਇੱਥੋਂ ਇੱਕ ਕਾਲਜ ਖੋਲ ਲਓ, ਉਹ ਕਾਲਜ ਖੋਲ ਕੇ ਉਹਦੀ ਐਫੀਲੀਏਸ਼ਨ ਲੈ ਲਓ PTU ਤੋਂ,
PTU ਸਭ ਤੋਂ ਸੌਖਾ ਦੇ ਦਿੰਦਾ ਹੈ ਜੀ। PTU ਤੋਂ ਉਹ ਕਾਲਜ ਦੀ ਇੱਕ ਐਫੀਲੀਏਸ਼ਨ ਲੈ ਲਓ, BA, MA, BBA, BCA ਸਾਰਾ ਕੁਝ ਕਰਾਉਣ ਲਈ। ਉਸ ਤੋਂ ਬਾਅਦ ਤੁਸੀਂ ਉਹ ਆਪਣੇ ਕਾਲਜ ਦੀ ਪਿਕਚਰ ਦਿਖਾ ਦਿਓ ਕਿਸੇ ਕੈਨੇਡਾ ਦੇ ਕਾਲਜ ਨੂੰ, ਉਹਨਾਂ ਨਾਲ ਆਪਣਾ ਕੋਰਸ ਮੈਪ ਕਰਵਾ ਲਓ ਕਿ ਅਗਰ ਅਸੀਂ ਬੱਚੇ ਨੂੰ ਸਾਲ ਜਾਂ 2 ਸਾਲ ਇੱਥੇ ਪੜ੍ਹਾਈਏ, ਜਿਹੜੀ ਤੁਹਾਡੀ 4 ਸਾਲ ਦੀ ਡਿਗਰੀ ਆ, ਇਹ 4 ਸਾਲ ਦੀ ਡਿਗਰੀ ਤਾਂ ਤੁਸੀਂ 1 ਸਾਲ ਮਾਫ਼ ਕਰ ਦਿਓ ਜਾਂ ਤੁਸੀਂ 1.5 ਸਾਲ ਮਾਫ਼ ਕਰ ਦਿਓ, 2.5 ਸਾਲ ਤੁਸੀਂ ਕਾਲਜ ਦੇ ਵਿੱਚ ਬੱਚੇ ਨੂੰ ਉੱਥੇ ਪੜ੍ਹਾ ਦਿਓ। ਹੁਣ ਬੱਚਾ 2 ਸਾਲ ਜਿਹੜੇ ਇੱਥੇ ਪੜ੍ਹਦਾ ਉਹ PTU ਬਾਰੇ ਵੀ ਪੜ੍ਹਦਾ, ਇੱਥੋਂ ਦੇ ਸਿਲੇਬਸ ਬਾਰੇ ਵੀ ਪੜ੍ਹਦਾ, ਥੋੜ੍ਹਾ ਬਹੁਤਾ ਮਿਕਸ ਵਿੱਚ ਜੀ ਬਣਾ ਕੇ ਗੋਭੀ ਸਲਗਮ ਸਾਰਾ ਕੁਝ ਸਾਗ ਜਿਹਾ ਬਣਾ ਕੇ ਉਹਨਾਂ ਨੇ ਉੱਧਰਲੀ ਵੀ ਪਾ ਕੇ ਵਿੱਚ ਫ੍ਰੈਂਚ ਵਿੱਚ ਇੰਗਲਿਸ਼ ਵਿੱਚ ਇੱਧਰ PTU ਦਾ ਸਿਲੇਬਸ ਵਿੱਚ ਕੈਨੇਡਾ ਦੇ ਕਾਲਜ ਦਾ ਸਿਲੇਬਸ ਉਹ ਮਿਕਸ ਵਿੱਚ ਜੀ ਬਣਾ ਕੇ ਤੁਹਾਨੂੰ 2 ਸਾਲ ਪਰੋਸੀ ਜਾਣੀ ਆ। ਉਹਦੇ ਨਾਲ ਨਾਲ 2 ਸਾਲ ਪੜ੍ਹਨ ਤੋਂ ਬਾਅਦ ਫਿਰ ਤੁਹਾਡਾ ਟਰਾਈ ਕਰਾਉਣਗੇ ਵੀਜ਼ਾ ਕੈਨੇਡਾ ਦਾ, ਉਹਦੇ ਲਈ ਬੱਚਾ ਜਾ ਸਕਦਾ ਨਹੀਂ ਕਿਤੇ, ਅਪਲਾਈ ਵੀ ਉਹਨਾਂ ਦਾ ਹੀ ਕਰੂਗਾ ਉਹਦਾ, ਉਹ ਫਿਰ ਉਹ ਲਈ ਤੁਹਾਨੂੰ ਤੱਥ ਇਹ ਦਿੱਤਾ ਜਾਂਦਾ ਕਿ ਹੁਣ ਅਸੀਂ ਕੈਨੇਡਾ ਅੰਬੈਸੀ ਇਹ ਸੋਚੂਗੀ ਵੀ ਤੁਸੀਂ 2 ਸਾਲ ਕੈਨੇਡਾ ਦਾ ਕੈਰੀਕੁਲਮ ਇੱਥੇ ਪੜ੍ਹ ਲਿਆ, ਉਹ ਤੁਹਾਨੂੰ ਜਲਦੀ ਵੀਜ਼ਾ ਦੇ ਦੂਗੀ। ਜਿਹੜੇ 10ਵੀਂ ਦੇ ਵਿੱਚੋਂ 45% ਮਾਰਕਸ ਨੇ ਉਹ ਤਾਂ ਫਿਰ ਅੰਬੈਸੀ ਨਹੀਂ ਦੇਖੂਗੀ, ਹੈ ਨਾ, ਅੰਬੈਸੀ ਉੱਥੇ ਅੱਖਾਂ ਵੀ ਚਲੂਗੀ। ਸਾਡੇ ਜਿਹੜੇ ਲੋਕ ਨੇ ਨਾ, ਜਿਹੜੇ ਏਜੰਟ ਨੇ ਨਾ, ਉਹ ਲੋਕਾਂ ਨੂੰ ਪਤਾ ਕੀ ਸਮਝਦੇ ਨੇ ਜੀ, ਪੰਜਾਬ ਦੇ ਲੋਕਾਂ ਨੂੰ, ਉਹ ਪੰਜਾਬ ਉਹ ਹੈਗੇ ਵੀ ਨੇ ਜੀ, ਗੁੱਸਾ ਨਾ ਕਰਿਓ ਮੇਰੀ ਗੱਲ ਦਾ, ਉਹ ਇਹ ਸਮਝਦੇ ਨੇ ਵੀ ਇਹ ਪੰਜਾਬ ਦੇ ਲੋਕ ਨੇ ਨਾ, ਜਿਹੜੇ ਕਬੂਤਰ ਨੇ, ਉਹ ਜਦੋਂ ਨਾ ਕੰਧ ਤੇ ਬੈਠਾ ਹੁੰਦਾ ਜੀ ਕਬੂਤਰ, ਜਿਵੇਂ ਜਿਵੇਂ ਬਿੱਲੀ ਨੇੜੇ ਨੂੰ ਆਈ ਜੀ ਨਾ, ਉਹ ਐ ਜੇ ਹੋ ਕੇ ਅੱਖਾਂ ਮੀਚ ਕੇ ਵਿੱਚ ਨੂੰ ਵੜ ਜਾਂਦਾ, ਮੈਂ ਕਿਹੜਾ ਬਿੱਲੀ ਨੂੰ ਦਿਸਦਾ। ਇਹ ਸੋਚਦੇ ਨੇ ਏਜੰਟ ਵੀ ਪੰਜਾਬ ਦੇ ਲੋਕਾਂ ਨੂੰ ਐ ਪਤਾ ਨਹੀਂ ਲੱਗਣਾ, ਇਹਨਾਂ ਨੂੰ ਕੁਛ ਵੀ ਕਰੀ ਜਾਓ ਕੁਛ ਵੀ ਦੇਈ ਜਾਓ, ਔਰ ਸੱਚੀ ਅਸੀਂ ਕਬੂਤਰਾਂ ਵਾਲਾ ਬਿਹੇਵ ਕਰਦੇ ਹਾਂ, ਸਮਝੋ ਇਹਨਾਂ ਦੀਆਂ ਚਾਲਾਂ, ਇਹ ਕਰਨਾ ਕੀ ਚਾਹੁੰਦੇ ਨੇ, ਜਿਹੜਾ ਤੁਹਾਨੂੰ ਸਪਾਊਸ ਵੀਜ਼ਾ ਦਿੰਦਾ, ਜਿਹੜਾ ਤੁਹਾਨੂੰ ਪਾਥਵੇ ਦਿੰਦਾ, ਜਿਹੜਾ ਤੁਹਾਨੂੰ 5 ਬੈਂਡ ਤੇ ਭੇਜਦਾ, ਜਿਹੜਾ ਤੁਹਾਨੂੰ 5.5 ਬੈਂਡ ਤੇ ਭੇਜਦਾ, ਜਿਹੜਾ ਤੁਹਾਨੂੰ ਗੈਪ ਨਾਲ ਭੇਜਦਾ, ਇਹ ਸਾਰੇ ਤੁਹਾਡੇ ਨਾਲ ਠੱਗੀ ਮਾਰਦੇ ਨੇ। ਕਿਉਂ ਨਹੀਂ ਸਾਨੂੰ ਇਹ ਗੱਲ ਸਮਝ ਆ ਰਹੀ ਵੀ ਇਹ 20-30-40-40 ਹਜ਼ਾਰ ਰੁਪਇਆ ਲੈ ਕੇ ਸਾਡੇ ਨਾਲ ਖੇਡ ਰਹੇ ਨੇ, ਆਪਣੀਆਂ ਦੁਕਾਨਾਂ ਚਲਾ ਰਹੇ ਨੇ। ਥੋੜ੍ਹੇ ਜੇ ਆਪਾਂ ਸਿਆਣੇ ਹੋ ਜਾਈਏ, ਅਗਰ ਇਹਨਾਂ ਦੀਆਂ ਦੁਕਾਨਾਂ ਆਪੇ ਬੰਦ ਹੋ ਜਾਣੀਆਂ, ਸਹੀ ਕੰਸਲਟੈਂਟ ਚੂਜ਼ ਕਰੋ, ਫਿਰ ਦੇਖੋ ਉਹ ਕੰਸਲਟੈਂਟ ਤੁਹਾਡੀ ਫਾਈਲ ਆਪ ਲਾਉਂਦਾ, 10-10 ਦਫ਼ਤਰ ਖੋਲ੍ਹੇ ਹੋਏ ਨੇ ਇਹਨਾਂ ਨੇ, ਕਿਹਦੇ ਕਿਹਦੇ ਨਾਲ ਜਾਣਗੇ, ਸੰਘ ਪਾੜਨਾ ਪੈਂਦਾ, ਬੋਲਣਾ ਪੈਂਦਾ, ਇੱਕ ਦਿਨ ਦੇ ਵਿੱਚ 300 ਕੌਂਸਲਿੰਗ ਕਰਨੀ ਆ, 10 ਵਜੇ ਤੋਂ ਲੈ ਕੇ 7 ਵਜੇ ਤੱਕ, ਖਾਲਾ ਜੀ ਦਾ ਵਾੜਾ ਨਹੀਂ, ਕੌਣ ਕਰੇ ਇੰਨਾ ਕੰਮ। ਸਹੀ ਕੰਸਲਟੈਂਟ ਚੂਜ਼ ਕਰੋ, ਫਿਰ ਦੇਖੋ ਕੰਸਲਟੈਂਟ ਤੁਹਾਨੂੰ ਆਪ ਸਲਾਹ ਦੇ ਰਿਹਾ ਕਿ ਨਹੀਂ ਦੇ ਰਿਹਾ, ਫਿਰ ਉਹ ਆਪ ਫਾਈਲ ਤੁਹਾਡੀ ਲਾ ਰਿਹਾ ਕਿ ਨਹੀਂ ਲਾ ਰਿਹਾ, ਕੀ ਕਹਿੰਦਾ ਪਹੁੰਚਦਾ ਉਹ ਤੁਹਾਡੇ ਮਗਰ ਜਾਂਦਾ, ਉੱਥੇ ਪਹੁੰਚ ਕੇ ਉਹਦੇ ਦਫ਼ਤਰ ਹੈਗੇ ਨੇ ਕਿ ਨਹੀਂ ਹੈਗੇ, ਉੱਥੇ ਪਹੁੰਚਣ ਤੋਂ ਬਾਅਦ ਤੁਹਾਡੀ ਉਹ ਹੈਲਪ ਕਰਦਾ ਕੋਈ ਕਿ ਨਹੀਂ ਕਰਦਾ, ਕਿੰਨੀਆਂ ਗੱਲਾਂ ਦੇਖਣੀਆਂ ਨੇ, ਇਹ ਸਾਰੀਆਂ ਦੇਖਣੀਆਂ ਨਹੀਂ, ਇਹ ਦੇਖਣਾ ਵੀ ਆਹ ਸਾਨੂੰ 5.5 ਤੇ ਪਹੁੰਚਾ ਦੂਗਾ, ਇਹਨੂੰ ਜਾ ਕੇ ਪੈਸੇ ਦੇ ਆਇਓ। ਥੋੜੇ ਜੇ ਸਿਆਣੇ ਬਣੀਏ ਜੀ ਆਪਾਂ, ਫਿਰ ਅਸੀਂ ਬਚ ਸਕਦੇ ਹਾਂ। ਇਹਦੇ ਨਾਲ ਨਾਲ ਇੱਕ ਹੋਰ ਵੱਡੀ ਸਮੱਸਿਆ ਪੰਜਾਬ ਦੇ ਵਿੱਚ ਇਹ ਹੈ, ਜਿਹੜੀ ਤੁਸੀਂ ਸਾਰੀਆਂ ਚੀਜ਼ਾਂ ਦੱਸੀਆਂ ਕਿ ਦਫ਼ਤਰ ਹੋਣਾ ਨਾ ਹੋਣਾ, ਇਹਨਾਂ ਦੇ ਨਾਲ ਨਾਲ ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਬੱਚੇ ਨੂੰ ਸਭ ਤੋਂ ਜਿਸ ਚੀਜ਼ ਨੇ ਵੀਜ਼ਾ ਦਵਾਉਣਾ, ਉਹਦਾ ਮੈਂ ਕਹੂੰਗਾ ਇੱਕ ਉਹਨੇ ਸਵਾਰ ਹੋ ਕੇ ਜਿਸ ਚੀਜ਼ 'ਚ ਕੈਨੇਡਾ ਪਹੁੰਚਣਾ ਔਰ ਜਿਸ ਚੀਜ਼ 'ਤੇ ਸਵਾਰ ਹੋ ਕੇ PR ਤੱਕ ਪਹੁੰਚਣਾ, ਕੋਰਸ ਉਹਦੀ ਨੌਲੇਜ ਨਹੀਂ ਹੈ ਪੰਜਾਬ ਦੇ ਵਿੱਚ। ਬੜੀ ਤਰਾਸਦੀ ਹੈ ਜਦੋਂ ਕੋਈ ਬੱਚਾ ਕਿਸੇ ਐਕਸਪਰਟ ਕੋਲ ਜਾਂਦਾ, ਭਾਵੇਂ ਉਹ TV 'ਤੇ ਵੀ ਬੋਲਦੇ ਨੇ, ਭਾਵੇਂ ਉਹ ਅਖਬਾਰਾਂ ਦੇ ਵਿੱਚ ਐਡਵਰਟੀਜ਼ਮੈਂਟ ਦਿੰਦੇ ਨੇ, ਭਾਵੇਂ ਮੈਗਜ਼ੀਨ 'ਚ ਆਉਂਦੇ ਨੇ, ਫੇਸਬੁੱਕ 'ਤੇ ਗੱਲ ਕਰਦੇ ਨੇ, ਜਦੋਂ ਬੱਚਾ ਉਹਨਾਂ ਨੂੰ ਕੋਈ ਕੋਰਸ ਬਾਰੇ ਜਾਣਕਾਰੀ ਦੇਣ ਜਾਂਦਾ ਤਾਂ ਬਿੱਲ ਮਾਰ ਕੇ ਲੜਕੀ ਨੂੰ ਬੁਲਾ ਲਿਆ ਜਾਂਦਾ, ਇਹਨਾਂ ਨੂੰ ਜੀ ਕੋਰਸ ਸਮਝਾ ਦਿਓ, ਹਾਂਜੀ ਆਪ ਨਹੀਂ ਪਤਾ, ਕਿਉਂਕਿ ਉਹ +2 ਵਾਲੀ ਰੱਖੀ ਹੋਈ, ਉਹਨੇ 5-7 ਕੋਰਸ ਦੱਸੇ ਹੋਏ ਨੇ, 5-7 ਕੋਰਸ ਦੱਸੇ ਹੋਏ ਨੇ। ਹੋਰ ਦਊ ਜੀ ਇਹਦੇ 'ਚ ਇੱਕ ਗੱਲ ਹੋਰ ਐਡ ਔਨ ਮੈਂ ਕਰਦਾ, ਮੈਂ ਕਿੰਨੇ ਸੈਮੀਨਾਰਾਂ ਦੇ ਉੱਪਰ ਕਿੰਨੇ ਬੱਚਿਆਂ ਨੂੰ ਇਹਨਾਂ ਨੂੰ ਮਿਲਿਆ ਜਿਨ੍ਹਾਂ ਨੇ, ਮੈਂ ਨਾਮ ਨਹੀਂ ਲੈ ਸਕਦਾ ਜੀ ਮੰਚ ਦੇ ਉੱਪਰ, ਉਹ 5 ਕੁ ਕਾਲਜ ਨੇ ਤੇ ਐਗਜ਼ੈਕਟਿਵ ਨੇ, ਉਹ ਬੈਗ ਜਿਹਾ ਪਾ ਕੇ ਉਹ ਗਲੀ ਗਲੀ ਮੁਹੱਲੇ ਫਿਰਦੇ ਨੇ, ਉਹ ਬਹੁਤ ਹੀ ਘਟੀਆ ਜਿਹੇ ਲੈਵਲ ਦੇ 4-5 ਕਾਲਜ ਨੇ, ਉਹ 4-5 ਜਿਹੜੇ ਆ ਰੋਜ਼ ਐਡਵਰਟਾਈਜ਼ਮੈਂਟ ਕਰਨ ਵਾਲੇ ਏਜੰਟ ਨੇ ਉਹਨਾਂ ਕੋਲ ਉਹੀ 4-5 ਕਾਲਜ ਨੇ।
ਕੋਰਸ ਦੀ ਵੈਰਾਇਟੀ ਕਿਵੇਂ ਦੱਸਣਗੇ ਕਾਲਜ ਹੀ ਚਾਰ ਨੇ ਉਹਨਾਂ ਕੋਲ, ਉਹ ਵੀ ਉਹ ਜਿਹੜੇ ਸਾਰਿਆਂ ਕੋਲ ਹੈਗੇ ਨੇ, ਉਹਨਾਂ 'ਚ ਜੋ ਕੁਛ ਹੈਗਾ ਉਹੀ ਤੁਹਾਨੂੰ ਦੇਣਾ, ਤੁਹਾਡੀ ਪ੍ਰੋਫਾਈਲ ਦੇ ਨਾਲ ਮੈਚ ਕਰਦਾ ਤਾਂ 50 ਕਾਲਜਸ ਦੀ ਲਿਸਟ ਆ ਜੀ ਸਾਡੇ ਕੋਲ, ਰੈਫਰਲ ਆਈਡੀ ਸਿਟੀ ਕੋਲ 50 ਯੂਨੀਵਰਸਿਟੀਆਂ ਔਰ ਕਾਲਜਸ ਦੀ ਲਿਸਟ ਆ, ਸਾਰੇ ਟੌਪ ਦੇ ਹਰ ਏਰੀਏ ਦੇ ਹਰ ਜਗ੍ਹਾ ਦੇ ਵਿੱਚ ਸਾਡੇ ਕੋਲ ਹਰ ਟੌਪ ਦਾ ਕਾਲਜ ਆ। ਵਰਾਇਟੀ ਆਫ ਕੋਰਸਿਸ ਆ ਟੇਲਰ ਮੇਡ, ਮਤਲਬ ਜਿਵੇਂ ਹੁੰਦਾ ਕਿ ਤੁਹਾਡੇ ਲਈ ਕਿਹੜਾ ਕਾਲਜ ਸੂਟ ਕਰਦਾ, ਕਿਹੜਾ ਕੋਰਸ ਸੂਟ ਕਰਦਾ, ਇਹ ਅਸੀਂ ਤੁਹਾਨੂੰ ਦਿੰਦੇ ਹਾਂ ਜੀ। ਬਹੁਤ ਫਰਕ ਆ, ਮੈਂ ਨਹੀਂ ਕਹਿੰਦਾ ਮੈਂ ਹੀ ਇਕੱਲਾ ਚੰਗਾ ਵਾਂ, ਬਟ ਮੈਂ ਹਾਂ ਇੰਨੀ ਗੱਲ ਜ਼ਰੂਰ ਕਹਿੰਦਾ ਕਿ ਜਿੰਨੀ ਤਨਦੇਹੀ ਦੇ ਨਾਲ ਅਸੀਂ ਕੰਮ ਕਰਦੇ ਹਾਂ, ਮੇਰੀ ਕੰਪਨੀ ਮੇਰੀ ਟੀਮ ਕੰਮ ਕਰਦੀ ਆ, ਮੈਂ ਚਾਹੁੰਦਾ ਕਿ ਅਗਰ ਸਾਰੇ ਹੀ ਇੰਨੇ ਵਧੀਆ ਤਰੀਕੇ ਨਾਲ ਕੰਮ ਕਰਨ, ਬੱਚਿਆਂ ਨਾਲ ਗਲਤ ਹੋਣਾ ਹਟ ਜਾਵੇ। ਸੋ ਇੱਕ ਵਾਰ ਜ਼ਰੂਰ ਸੇਵਾ ਦਾ ਮੌਕਾ ਦਿਓ ਜੀ ਸਾਨੂੰ, ਸਾਡੀ ਕੰਪਨੀ ਨੂੰ ਇਸ ਸੈਪਟੈਂਬਰ ਲਈ ਰਾਹ ਪੈ ਜਾਣੀ ਹੈ ਜਾਂ ਵਾਹ ਪੈ ਜਾਣੀ ਹੈ, ਇੱਕ ਵਾਰ ਜ਼ਰੂਰ ਫਾਈਲ ਲਗਵਾ ਕੇ ਦੇਖੋ ਸਾਡੀ ਕੰਪਨੀ ਕੋਲੋਂ, ਫਿਰ ਸਾਡੇ ਨਾਲ ਤੁਸੀਂ ਆਪਣੇ ਆਪ ਸਾਡੇ ਕੋਲ ਰੈਫਰੈਂਸ ਲੈ ਕੇ ਆਓਗੇ। ਐਡੀ ਮੇਰੀ ਤੁਹਾਨੂੰ ਇੰਸ਼ੋਰੈਂਸ ਆ ਕਿ ਤੁਸੀਂ ਇੱਕ ਵਾਰ ਸਾਡੇ ਕੋਲ ਆਏ, ਤੁਹਾਨੂੰ ਆਪਣੇ ਆਪ ਪਤਾ ਚੱਲੂਗਾ ਕਿ ਸਾਡੀਆਂ ਸਰਵਿਸਿਜ਼, ਸਾਡੀਆਂ ਕੰਪਨੀ ਦੀਆਂ ਸਰਵਿਸਿਜ਼ ਬਾਕੀਆਂ ਨਾਲੋਂ ਬਿਹਤਰ ਕਿੱਦਾਂ ਨੇ ਜੀ। ਸਵਰਨ ਜੀ ਥੈਂਕ ਯੂ, ਮਿਹਰਬਾਨੀ, ਸ਼ੁਕਰੀਆ ਸਟੂਡੀਓ ਦੇ ਵਿੱਚ ਆਉਣ ਲਈ, ਔਰ ਦਰਸ਼ਕਾਂ ਦਾ ਵੀ ਧੰਨਵਾਦ, ਤੁਸੀਂ ਆਪਣੇ ਸਵਾਲ ਸਾਨੂੰ ਦੇਸ਼ ਪ੍ਰਦੇਸ਼ ਲਾਈਵ ਦੇ ਫੇਸਬੁੱਕ 'ਤੇ ਭੇਜ ਸਕਦੇ ਹੋ। ਕੱਲ੍ਹ ਫਿਰ ਮਿਲਾਂਗੇ, ਸ਼ੁਕਰੀਆ।